ਗੁੱਡ ਈਵਨਿੰਗ ਲੇਡੀਜ਼ ਐਂਡ ਜੈਂਟਲਮੈਨ ਵਾਂਸ ਅਗੇਨ ਵੈਲਕਮ ਟੂ ਡੀ ਸੀ ਨੈਟ ਵਿਦ ਪਾਲ ਬਾਟ ਔਰ ਮੈਂ ਤੁਹਾਡਾ ਆਪਣਾ ਪਾਲ ਬਾਟ ਇੱਕ ਵਾਰ ਫਿਰ ਦੁਨੀਆ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਤੋਂ ਤੁਹਾਡਾ ਆਪਣਾ ਸ਼ੋਅ ਲੈ ਕੇ ਮਾਈ ਟੀ ਵੀ ਸਟੂਡੀਓ 'ਚ ਹਾਜ਼ਰ ਹਾਂ ਜੀ ਔਰ ਬੜੇ ਫਖਰ ਦੀ ਗੱਲ ਹੈ ਮੇਰੇ ਲਈ ਔਰ ਮਾਈ ਟੀ ਵੀ ਲਈ ਕਿ ਅੱਜ ਸਾਡੀ ਕੌਮ ਦੀ ਜਿਹੜੀ ਕਰੀਮ ਹੈ ਉਹਦੇ ਵਿੱਚੋਂ ਤਿੰਨ ਹੀਰੇ ਮੇਰੇ ਨਾਲ ਮੌਜੂਦ ਨੇ ਇਹ ਪ੍ਰੋਗਰਾਮ ਨੂੰ ਕਰਨ ਲਈ ਔਰ ਤੁਹਾਡੇ ਰੂਬਰੂ ਕਰਨ ਦਾ ਮੈਂ ਚਾਹੁੰਦਾ ਸਭ ਤੋਂ ਪਹਿਲਾਂ ਮੇਰੇ ਸੱਜੇ ਪਾਸੇ ਸਰਦਾਰ ਹਰਦਿਆਲ ਸਿੰਘ ਔਰ ਮੇਰੇ ਖੱਬੇ ਪਾਸੇ ਸਰਦਾਰ ਰਾਜੇਸ਼ ਸਿੰਘ ਜੀ ਔਰ ਸਭ ਤੋਂ ਖੱਬੇ ਸਰ ਜਤਿੰਦਰ ਸਿੰਘ ਜੀ ਬੈਠੇ ਨੇ ਔਰ ਮੈਂ ਤਿੰਨਾਂ ਨੂੰ ਤੁਹਾਡੀ ਇਜਾਜ਼ਤ ਦੇ ਨਾਲ ਜੀਆਂ ਕਹਿਣਾ ਚਾਹੁੰਦਾ ਜੀ ਜੀਆਂ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਅੱਜ ਦੇ ਪ੍ਰੋਗਰਾਮ ਦਾ ਤੁਹਾਨੂੰ ਦੱਸਾਂ ਕਿ ਅਸੀਂ ਕਿਹੜੀ ਗੱਲ ਕਰਨਾ ਚਾਹੁੰਦੇ ਹਾਂ, ਪਰ ਮੈਂ ਚਾਹੁੰਦਾ ਕਿ ਤੁਸੀਂ ਆਪ ਇੱਕ 2 ਮਿੰਟ ਦੀ ਛੋਟੀ ਜਿਹੀ ਵੀਡੀਓ ਦੇਖ ਕੇ ਅੰਦਾਜ਼ਾ ਲਾਓ ਕਿ ਅਸੀਂ ਕਿਸ ਵਿਸ਼ੇ 'ਤੇ ਗੱਲ ਕਰਾਂਗੇ। ਸੌ ਜੀ ਪਹਿਲਾਂ ਦੇਖਦੇ ਹਾਂ ਇੱਕ ਛੋਟੀ ਜਿਹੀ ਵੀਡੀਓ। Saib Ji started a movement and transformed the ordinary into the extraordinary. We usually see superheroes in capes, but our superheroes are our volunteers who dedicate their time and bravery to serve humanity. From helping those who lost their homes and livelihood in Hurricane Harvey and Irma, to providing water to the masses in Puerto Rico. These heroes travel the globe. And even provide thousands of hot meals, set up life-saving infrastructure and medical aid to the Rohingya refugees in Bangladesh, the biggest humanitarian crisis in the world. Our volunteers spread the fragrance of Guru Nanak Sahib Ji. Will you join the movement? Will you be a superhero? Volunteer and donate. www.unitedsikhs.org. ਸਵਾਗਤ ਹੈ ਜੀ, ਸਵਾਗਤ ਹੈ ਤੁਹਾਡਾ ਇਸ ਵੀਡੀਓ ਤੋਂ ਬਾਅਦ। ਅੰਦਾਜ਼ਾ ਹੀ ਲਾ ਲਿਆ ਹੋਣਾ ਕਿ ਅੱਜ ਦਾ ਸ਼ੋਅ ਆਪਾਂ ਕਿਸ ਪਾਸਿਓਂ ਲੈ ਕੇ ਜਾ ਰਹੇ ਹਾਂ। ਦੀਵੇ ਥੱਲੇ ਹਨੇਰਾ ਆਪਾਂ ਆਮ ਸੁਣਿਆ, ਇਹ ਵੀਰ ਸਾਡੇ ਸ਼ਹਿਰ ਆਏ ਨੇ, ਪਹਿਲੀ ਵਾਰੀ ਨਹੀਂ, ਪਤਾ ਨਹੀਂ ਕਿੰਨੀ ਕੁ ਵਾਰੀ ਆਏ ਨੇ, ਆਉਂਦੇ ਨੇ, ਆਪਣਾ ਕੰਮ ਕਰਦੇ ਨੇ, ਚਲੇ ਜਾਂਦੇ ਨੇ। ਸਵੱਬ ਨਸੀਬ ਹੋਇਆ ਮਾਈ ਟੀ ਵੀ ਨੂੰ ਕਿ ਅੱਜ ਇਹਨਾਂ ਨੂੰ ਤੁਹਾਡੇ ਰੂਬਰੂ ਕਰਕੇ ਅਸੀਂ ਵੀ ਸਿੱਖੀਏ ਔਰ ਆਪ ਤੱਕ ਵੀ ਇਹ ਮੈਸੇਜ ਪਹੁੰਚਾ ਸਕੀਏ ਕਿ ਇਹ ਇਨਸਾਨ ਆਪਣੀ ਜ਼ਿੰਦਗੀ ਦਾ ਕਿੰਨਾ ਕੀਮਤੀ ਸਮਾਂ ਕੱਢ ਕੇ, ਆਪਣੇ ਰਿਸੋਰਸਿਸ ਵੱਧ ਕੇ, ਇੱਕ ਪੈਸ਼ਨ ਜੋ ਸੇਵਾ ਕਰਨ ਦਾ ਆ ਉਹਨੂੰ ਮੁੱਖ ਰੱਖ ਕੇ ਇਹ ਡੀ ਸੀ ਕਦੋਂ ਆਉਂਦੇ ਕਦੋਂ ਜਾਂਦੇ ਸਾਨੂੰ ਨਹੀਂ ਪਤਾ ਲੱਗਦਾ। ਭਾਅ ਜੀ, ਸੋ ਵਟ ਬ੍ਰਿੰਗਸ ਯੂ ਇਨ ਟੂ ਵਾਸ਼ਿੰਗਟਨ ਦਿਸ ਟਾਈਮ? ਹਾਂਜੀ, ਵਿਦ ਗ੍ਰੇਸ ਆਫ ਗੁਰੂ ਅਸੀਂ ਕਹਿਣਾ ਚਾਹੁੰਦੇ ਸੀ ਕਿ ਬਈ ਐਤਕੀ ਸਾਨੂੰ ਫੀਮਾ ਨੇ, ਜੋ ਕਿ ਫੈਡਰਲ ਐਮਰਜੈਂਸੀ ਮੈਡੀਕਲ ਅਸਿਸਟੈਂਸ ਪ੍ਰੋਗਰਾਮ ਹੈਗਾ, ਜੋ ਅਮੈਰੀਕਾ ਦਾ ਨੈਸ਼ਨਲ ਲੈਵਲ ਐਮਰਜੈਂਸੀ ਡਿਜ਼ਾਸਟਰ ਲਈ ਪ੍ਰਿਪੇਅਰਨੈਸ ਦਾ ਜੋ ਯੂਨਿਟ ਹੈ, ਉਹਨਾਂ ਨੇ ਸਾਨੂੰ ਐਕਚੁਲੀ ਅੱਜ ਇਨਵਾਈਟ ਕੀਤਾ ਸੀ ਕਿ ਆ ਕੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਉਹ ਸ਼ੋਕੇਸ ਕਰੀਏ ਔਰ ਦੱਸ ਸਕੀਏ ਉਹਨਾਂ ਨੂੰ ਕਿ ਸਿੱਖ ਕਮਿਊਨਿਟੀ ਦੀ ਜੋ ਇਹ ਔਰਗਨਾਈਜੇਸ਼ਨ ਹੈਗੀ ਹੈ
ਜਿਹੜੀ ਅਸੀਂ ਕਿ ਸਿਕਿਉਰਟੀ ਨੂੰ ਰਿਪ੍ਰੈਜੈਂਟ ਕਰਦੇ ਹਾਂ ਇਨ ਡਿਜ਼ਾਸਟਰ ਰਿਲੀਫ ਐਂਡ ਲੀਗਲ ਐਡਵੋਕੇਸੀ ਦੇ ਕੇਸ ਵਿੱਚ ਔਰ ਕਮਿਊਨਿਟੀ ਡਿਵੈਲਪਮੈਂਟ ਵਿੱਚ ਕਿ ਅਸੀਂ ਕਿਹੜੇ ਕਿਹੜੇ ਕੰਮ ਕਰਦੇ ਹਾਂ ਔਰ ਉਹਨਾਂ ਨੇ ਸਾਨੂੰ ਕਈ ਵਾਰ ਜਿਸ ਤਰ੍ਹਾਂ ਹਰੀਕੇਨ ਅਰਮਾ ਮਰੀਆ ਔਰ ਜਿਹੜਾ ਆਪਣਾ ਇੰਟਰਨੈਸ਼ਨਲ ਪ੍ਰੋਜੈਕਟ ਜਿਹੜੇ ਰੋਹਿੰਗਿਆ ਦੇ ਹੈਗੇ ਨੇ ਉਹ ਸਾਨੂੰ ਦੇਖਿਆ ਐਕਸ਼ਨ ਕਰਦੇ ਹੋਏ ਕੰਮ ਕਰਦੇ ਹੋਏ ਐਂਡ ਜਿਹੜੇ ਉਹਨਾਂ ਦੇ ਲੀਅਜ਼ੋਨਸ ਜਿਨ੍ਹਾਂ ਨੂੰ ਵੈਲਸ ਕਹਿੰਦੇ ਨੇ ਵੋਲੰਟਰੀ ਲੀਅਜ਼ੋਨਸ ਜਿਹੜੇ ਹੁੰਦੇ ਨੇ ਫੀਮਾ ਦੇ ਉਹਨਾਂ ਨਾਲ ਉਹਨਾਂ ਜਿਹੜੀ ਇਨਫੋਰਮੇਸ਼ਨ ਜੋ ਫੀਡਬੈਕ ਮਿਲਦਾ ਰਿਹਾ ਉਹਨਾਂ ਨੂੰ ਦੇ ਵਾਂਟਡ ਟੂ ਨਾਓ ਐਸ ਦੀ ਲੀਡਰਸ਼ਿਪ ਆਫ ਯੂਨਾਈਟਡ ਸਿੱਖਸ ਟੂ ਕਮ ਟੂ ਦ ਡੀ ਸੀ ਐਂਡ ਦੈਨ ਟੋਕ ਟੂ ਦੈਮ ਐਂਡ ਜੁਆਇਨ ਦੇਅਰ ਲੀਡਰਸ਼ਿਪ ਪ੍ਰੋਗਰਾਮ ਜਿਹੜਾ ਕਿ ਉਹ ਲਾਂਚ ਕਰਨ ਲੱਗੇ ਨੇ ਵਿਦ ਆਲ ਦੀ ਐਨ ਜੀ ਓਜ਼ ਇਨ ਦ ਕਮਿੰਗ ਡੇਜ਼ ਓ ਸੋ ਉਹਦੇ ਵਿੱਚ ਵੀ ਆਰ ਰਿਪ੍ਰੈਜੈਂਟਿੰਗ ਦ ਸਿੱਖ ਕਮਿਊਨਿਟੀ ਇਨ ਵਿੱਚ ਵੀ ਆਰ ਗੋਇੰਗ ਟੂ ਪਾਰਟਨਰ ਵਿਦ ਦੈਮ ਇਨ ਮੈਨੀ ਆਫ ਦੀ ਏਰੀਆਸ ਦੈਟ ਦੇ ਆਰ ਇੰਪਰੋਵਾਈਜ਼ਿੰਗ ਅਪੋਨ ਐਨ ਜੀ ਬਿਕੋਜ਼ ਦੇ ਆਲਸੋ ਹੈਵ ਰੀਅਲਾਈਜ਼ਡ ਕਿ ਜਿਹੜੇ ਇਸ ਜਿਸ ਲੈਵਲ ਦੇ ਡਿਜ਼ਾਸਟਰਸ ਹੋਏ ਨੇ ਕਟਰੀਨਾ ਅਰਮਾ ਪਿਊਟੋਰੀਕੋ ਜਸਟ ਫੀਮਾ ਇਟਸੈਲਫ ਕੈਨੋਟ ਪ੍ਰੋਵਾਈਡ ਆਲ ਦੀ ਏਡ ਜਿਹੜੀ ਕਿ ਪਹੁੰਚਾਈ ਜਾ ਸਕਦੀ ਹੈ ਸੋ ਉਹ ਬਹੁਤ ਹੁਣ ਉਸ ਫੋਕਸ ਕਰ ਰਹੇ ਨੇ ਕਿ ਅਸੀਂ ਰਿਲੇਸ਼ਨਸ਼ਿਪਸ ਬਿਲਡ ਕਰੀਏ ਐਨ ਜੀ ਓਜ਼ ਨਾਲ ਫੇਥ ਬੇਸ ਕਮਿਊਨਿਟੀਜ਼ ਨਾਲ ਕਿਉਂਕਿ ਉਹ ਐਂਟਰੈਂਚਡ ਹੈਗੇ ਨੇ ਉਹਨਾਂ ਏਰੀਆਜ਼ ਵਿੱਚ ਔਰ ਉਹ ਇੱਕ ਕੰਟਰੀਬਿਊਟ ਬਣ ਸਕਦਾ ਉਹਨਾਂ ਨਾਲ ਮਿਲ ਕੇ ਜਿਹੜਾ ਕਿ ਅਸੀਂ ਐਗਜੈਕਟਲੀ ਜਿੱਥੇ ਜਿਹੜੇ ਅਨਮੈਟ ਨੀਡਸ ਨੇ ਉਹਨਾਂ ਨੂੰ ਫੁਲਫਿਲ ਕਰ ਸਕਦੇ ਮੈਂ ਵਿਊਜ਼ ਨੂੰ ਦੱਸਣਾ ਚਾਹੁੰਦਾ ਕਿ ਫੀਮਾ ਜਿਹੜੀ ਸਾਡੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਹੈ ਫੈਡਰਲ ਏਜੰਸੀ ਹੈ ਜਦੋਂ ਵੀ ਕੋਈ ਕੁਦਰਤੀ ਤੌਰ 'ਤੇ ਡਿਜ਼ਾਸਟਰ ਹੁੰਦਾ ਤਾਂ ਦ ਰਿਸਪੋਂਸੀਬਿਲਟੀ ਲਾਈਜ਼ ਔਨ ਦੈਮ ਕਿ ਦੇ ਆਰ ਵੈਰੀ ਫਸਟ ਸਭ ਤੋਂ ਪਹਿਲਾਂ ਉਹੀ ਜਾ ਕੇ ਉਹਨੂੰ ਮੈਨੇਜ ਕਰਦੇ ਨੇ ਅਤੇ ਉਹਦੇ ਵਿੱਚ ਉਹਨਾਂ ਦਾ ਹੀ ਜਿਹੜਾ ਇਨਵੀਟੇਸ਼ਨ ਦੇਣਾ ਉਹ ਆਪਣੇ ਆਪ 'ਚ ਇਹ ਦਰਸਾਉਂਦਾ ਕਿ ਰੈਕੋਗਨੇਸ਼ਨ ਤਾਂ ਹੋ ਚੁੱਕੀ ਹੈ ਫਿਰ ਯੂਨਾਈਟਿਡ ਸਿੱਖਸ ਦੀ ਹਾਂਜੀ ਐਂਡ ਥੈਂਕਸ ਟੂ ਆਲ ਦ ਵਾਲੰਟੀਅਰਸ ਐਂਡ ਡੋਨਰਸ ਐਂਡ ਜਿਨ੍ਹਾਂ ਨੇ ਇਹ ਸਾਡੇ ਨਾਲ ਮਿਲ ਕੇ ਮੋਢੇ ਨਾਲ ਕੰਮ 'ਚ ਸੇਵਾ 'ਚ ਹਿੱਸਾ ਪਾਇਆ ਔਰ ਉਹਨਾਂ ਦਾ ਸਦਕਾ ਹੀ ਹੈ ਜਿਹਦੇ ਕਾਰਨ ਅਸੀਂ ਬੈਠੇ ਹਾਂ ਤੁਹਾਡੇ ਨਾਲ ਕੋਈ ਸ਼ੱਕ ਨਹੀਂ ਸਰ ਜਤਿੰਦਰ ਸਿੰਘ ਜੀ ਗੱਲ ਇਹ ਹੈ ਤੁਸੀਂ ਹਿਊਸਟਨ ਗਏ ਜਿਹੜਾ ਆਪਣਾ ਉੱਥੇ ਡਿਜ਼ਾਸਟਰ ਹੋਇਆ ਉਹਦੇ ਬਾਰੇ ਐਕਸਪੀਰੀਅੰਸ ਥੋੜ੍ਹਾ ਸ਼ੇਅਰ ਕਰ ਦਿਓ ਵਿਊਜ਼ ਦੇ ਨਾਲ ਉਸ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਜੋ ਹਰਦਿਆਲ ਜੀ ਨੇ ਜੋ ਉਹਦੇ 'ਤੇ ਮੈਂ ਐਡ ਕਰਨਾ ਚਾਹਾਂਗਾ ਕਿ ਜਿਹੜੀ ਰੈਕੋਗਨੀਸ਼ਨ ਆ ਇਹ ਸਿੱਖ ਕੌਮ ਦੀ ਰੈਕੋਗਨੀਸ਼ਨ ਆ ਯੂਨਾਈਟਿਡ ਸਿੱਖਸ ਦੀ ਨਹੀਂ ਹੈ ਨੋ ਡਾਊਟ ਇਸ ਜਿੱਦਾਂ ਸਾਡਾ ਨਾਂ ਆ ਯੂਨਾਈਟਿਡ ਸਿੱਖਸ ਯੂਨਾਈਟਿਡ ਵਰਕਿੰਗ ਟੁਗੈਦਰ ਇਟਸ ਅ ਬਿਗ ਅਚੀਵਮੈਂਟ ਫੋਰ ਸਿੱਖ ਕਮਿਊਨਿਟੀ ਕਿ ਸਿੱਖਾਂ ਨੂੰ ਰੈਕੋਗਨੀਸ਼ਨ ਮਿਲੀ ਹੈ ਬਾਏ ਫੈਡਰਲ ਏਜੰਸੀ ਕਿ ਟੂ ਵਰਕ ਟੁਗੈਦਰ ਐਂਡ ਪ੍ਰੋਸੀਡ ਇਨ ਵੇਰੀਅਸ ਪਲੈਟਫਾਰਮਸ ਹੈ ਇਕੱਲੇ ਸਿੱਖਾਂ ਨੂੰ ਨਹੀਂ ਮਿਲੀ ਸਿੱਖ ਧਰਮ ਵੀ ਨਾਲ ਮਿਲੀ ਹੈ ਬਿਲਕੁਲ ਦੋਨੋਂ ਵਰਚੂਜ਼ ਜਿਹੜੇ ਹੈਂਡ ਇਨ ਹੈਂਡ ਮੈਂ ਦੋ ਦਿਨ ਪਹਿਲਾਂ 70 ਹਾਈਵੇ 70 ਪੈਨਸਲਵੇਨੀਆ ਸੀਗਾ ਅਤੇ ਉੱਥੇ ਇੱਕ ਟਰੱਕ 'ਤੇ ਲਿਖਿਆ ਮੀਰੀ ਪੀਰੀ ਅਤੇ ਮੈਂ ਉਹਨਾਂ ਦੇ ਪੋਸਟ ਵੀ ਪਾਈ ਅਸੀਂ ਮਾਈ ਟੀ ਵੀ ਤੋਂ ਪੋਸਟ ਪਾਈ ਸੀ ਇਸ ਚੀਜ਼ ਦੀ ਕਿ ਕਿੰਨਾ ਪ੍ਰਾਊਡ ਹੈ ਪਹਿਲਾਂ ਧਰਮ ਦਾ ਮੀਰੀ ਪੀਰੀ ਸਿਧਾਂਤ ਦਾ ਅਤੇ ਫਿਰ ਅਮੈਰੀਕਾ ਦੀ ਫਰੀਡਮ ਆਫ ਐਕਸਪ੍ਰੈਸ਼ਨ ਸੋ ਇਟ ਮੇਡ ਮੀ ਅ ਪ੍ਰਾਊਡ ਅਮੈਰੀਕਨ ਐਂਡ ਅ ਪ੍ਰਾਊਡ ਸਿੱਖ ਸੋ ਇੱਥੇ ਦੋਨਾਂ ਨੂੰ ਹੀ ਸਾਨੂੰ ਰੈਗੂਲੇਸ਼ਨ ਮਿਲਦੀ ਹੈ ਜੀ ਭਾਅ ਜੀ ਇਹ ਤੋਂ ਇਲਾਵਾ ਪੰਜਾਬ ਦੇ ਆਪਣੇ ਜਿਹੜੇ ਕੋਈ ਪ੍ਰੋਜੈਕਟਸ ਤੁਹਾਡੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਇਹ ਤਾਂ ਲੋਕਲੀ ਹੋ ਗਿਆ ਨਾ ਅਮੈਰੀਕਾ ਸਾਡੀ ਰੂਹ ਤਾਂ ਉੱਥੇ ਜੁੜੀ ਹੋਈ ਹੈ ਨਾ ਜੀ ਹਾਲੇ ਆਲਦੋ ਵੀ ਆਰ ਅਮੈਰੀਕਨਸ ਬਟ ਸਾਡੀ ਰੂਹ ਜਿਹੜੀ ਉੱਥੇ ਜੁੜੀ ਹੈ ਉਹਦੇ ਪ੍ਰੋਜੈਕਟਸ ਕੌਣ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ 'ਚੋਂ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਟੱਚ ਅਪ ਦਿਆਂਗਾ ਜਿਹੜਾ ਤੁਹਾਡਾ ਕੁਐਸਚਨ ਸੀਗਾ ਟੈਕਸਸ ਦਾ ਹਾਰਵੀ ਦਾ ਯੈਸ ਪਲੀਜ਼ ਦੈਨ ਵਿਲ ਜੰਪ ਇਨਟੂ ਦੈਟ ਜਸਟ ਲਾਈਕ ਐਨੀ ਅਦਰ ਡਿਜ਼ਾਸਟਰ ਅਮੇਜ਼ਿੰਗ ਥਿੰਗ ਇਹ ਹੁੰਦੀ ਹੈ ਕਿ ਵੀ ਵਰਲਡਵਾਈਡ ਜਿੱਥੇ ਵੀ ਲੋੜ ਪੈਂਦੀ ਹੈ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਲੰਟੀਅਰਸ ਪਾਪ ਅਪ ਹੋ ਜਾਂਦੇ ਆ ਗੁਰੂ ਦੇ ਸਿੰਘ ਕਿੱਥੋਂ ਕਿੱਥੋਂ ਨਿਕਲਾਂਦੇ ਪਤਾ ਨਹੀਂ ਲੱਗਦਾ ਐਂਡ ਵੀ ਗੈਟ ਟ੍ਰਮੈਂਡਸ ਫੋਨ ਕਾਲਸ ਐਂਡ ਸਪੋਰਟ ਫਰੋਮ ਵਾਲੰਟੀਅਰਸ ਕਿ ਵੀ ਅਸੀਂ ਸੇਵਾ ਕਰਨ ਜਾਣਾ ਚਾਹੁੰਦੇ ਹਾਂ ਅਸੀਂ ਮੋਨੀਟਰੀ ਸੇਵਾ ਕਰਨਾ ਚਾਹੁੰਦੇ ਹਾਂ ਤੁਹਾਨੂੰ ਮੈਂ ਕੁਛ ਨੰਬਰਸ ਦਿਆਂਗਾ ਜਿਹੜਾ ਕਿ ਥੋੜ੍ਹਾ ਬਹੁਤ ਸੰਗਤ ਨੂੰ ਵੀ ਸਾਰਿਆਂ ਨੂੰ ਆਈਡੀਆ ਹੋਵੇ ਕਿ ਹਰੀਕੇਨ ਹਾਰਵੀ ਜਿਹੜਾ ਟੈਕਸਸ ਦੇ ਵਿੱਚ ਸੀਗਾ ਅਬਾਊਟ 250,000 ਪਲੱਸ ਮੀਲਸ ਜਿਹੜੇ ਸਰਵ ਹੋਏ ਆ ਉੱਥੇ 35 ਟ੍ਰੇਲਰਸ ਵਿਦ ਟਨਸ ਆਫ ਫੂਡ ਸਪਲਾਈਜ਼ ਐਂਡ ਵਾਟਰ ਐਂਡ ਅਦਰ ਬੇਸਿਕ ਨੈਸੈਸਿਟੀਜ਼ ਜਿਹੜੀਆਂ ਉੱਥੇ ਡਿਲੀਵਰ ਹੋਈਆਂ ਨੇ ਅਤੇ ਇਹ ਜਿਹੜੇ ਟ੍ਰੇਲਰ ਭਰ ਕੇ ਆਏ ਆ ਆਪਣਾ ਵਾਸ਼ਿੰਗਟਨ ਤੋਂ ਸਟੇਟ ਤੋਂ ਕੈਲੀਫੋਰਨੀਆ ਤੋਂ ਕੈਨੇਡਾ ਤੋਂ ਨਿਊਯਾਰਕ ਤੋਂ ਇਟਸ ਅਮੇਜ਼ਿੰਗ ਕਿੱਥੋਂ ਕਿੱਥੋਂ ਆਪਣੇ ਟਰੱਕ ਡਰਾਈਵਰ ਵੀਰਾਂ ਦੇ ਕਾਲਾਂ ਆਈਆਂ ਸਾਨੂੰ ਕਿ ਵੀ ਅਸੀਂ ਸੇਵਾ ਕਰਨਾ ਚਾਹੁੰਦੇ ਸੇਵਾ ਕਰਨਾ ਚਾਹੁੰਦੇ ਹਾਂਜੀ ਸਾਡਾ ਟਰੱਕ ਰੈਡੀ ਆ ਤੁਸੀਂ ਸਿਰਫ ਫਿਲ ਕਰੋ ਤੇ ਦੱਸੋ ਕਿੱਥੇ ਲੈ ਕੇ ਜਾਣਾ ਟਰਾਂਸਪੋਰਟੇਸ਼ਨ ਦੇ ਤਾਂ ਆਪਣਾ ਰਾਹ ਹੈ ਇਟਸ ਬਿਲਡਿੰਗ ਮਟੀਰੀਅਲ ਐਂਡ ਸਪਲਾਈਜ਼ ਦੇ ਵਿੱਚ ਕਾਫੀ ਏਡ ਲੋਕਾਂ ਨੂੰ ਪ੍ਰੋਵਾਈਡ ਕੀਤੀ ਓਵਰਆਲ 500 ਪਲੱਸ ਹੋਮਸ ਰੀਬਿਲਟ ਹੋਏ ਉੱਥੇ
ਅਗਰ ਮੈਨਲੀ ਆਵਰਸ ਕਾਊਂਟ ਕਰੀਏ ਤਾਂ 40,000 ਪਲੱਸ ਮੈਨਲੀ ਆਵਰਸ ਜਿਹੜੇ ਵਿੱਚ ਲੱਗੇ ਨੇ ਵਾਲੰਟੀਅਰਸ ਮੈਨਲੀ ਆਵਰਸ ਤੇ ਜੇ ਉਹਨੂੰ ਆਪਾਂ ਡਾਲਰਾਂ ਦੇ ਵਿੱਚ ਲਾ ਲਈਏ ਫਿਰ ਤਾਂ ਕਾਹਨੂੰ ਕਹਿੰਦਾ ਫਿਰ ਮੈਨੂੰ ਕੈਲਕੂਲੇਟਰ ਕੱਢਣਾ ਪੈਣਾ ਲੈਟਸ ਨਾਟ ਗੈਟ ਇਨਟੂ ਦੈਟ ਹਨਾ ਆਪਾਂ ਸੈਂਪਲ ਰੱਖਦੇ ਹਾਂ ਪਰ ਭਾਜੀ ਪੈਸ਼ਨ ਇਜ਼ ਦੇਅਰ ਤਿੰਨੇ ਮੈਂ ਭਰਾਵਾਂ ਨੂੰ ਗੱਲ ਕਰਨੀ ਚਾਹੁੰਦਾ ਪੈਸ਼ਨ ਇਜ਼ ਦੇਅਰ ਪੈਸ਼ਨ ਹੋ ਗਿਆ ਸਿੱਖ ਸਿਧਾਂਤ ਹੋ ਗਿਆ ਤੁਹਾਡੀਆਂ ਪਰਸਨਲ ਨੀਡਸ ਨੇ ਫੈਮਿਲੀ ਲਾਈਵਸ ਨੇ ਹਾਊ ਡੂ ਯੂ ਟੈਕਲ ਦੋਸ How do you tackle that? There's no strategy. Guru Maharaj aap kar dende ne. Nahi Guru Maharaj te sachche paashan di kripa bina kuch unhe pata nahi halda. Te je jadon man ch kuch hove bhi karna kuch hai na. Seva karan layi assi ikalle hi credit nahi lai sakde chida. Sangat jehdi sevadar volunteer aunde hai. Main te kahwan credit unhan nu jyada janda hai. And this question goes to our volunteers. How do you guys do this? Doctors, engineers, lawyers and every aspect of position from life we got volunteers students youth sare judde okay nahi je perfect couple labna te aaj kal facebook te milde ne in reality we all go through sadiyan jehdiyan nok chok hundi rehndi hai ode te ta hoega na man lo thode bacche da birthday hai thodi anniversary hai rajesh singh ji thodi anniversary hai te tusi houston nu ture hoye ho koi na koi kitne na kitne problem to zarur aundi hovegi ji bada vadhiya point hai just for a matter of fact probably we had started traveling you know on valentine's day yes and we all three were valentines for each other right. on the way we have celebrated and had a wonderful dinner so kya baat hai and we have respectfully told our partners that we are celebrating valentines together in another day that so that's a commitment and passion that we hold kya baat hai hats off so just to add what Jitendra is also saying that the on the scene sitting over here other than the sangat volunteers jo missing factor hai go sadi families ਸਾਡੀਆਂ ਵਾਈਫਸ ਸਾਡੇ ਬੱਚੇ ਜਿਹੜੇ ਹੈਗੇ ਨੇ ਨਾਲ ਜਿਹੜੇ ਕਿ ਸਾਨੂੰ ਸਪੋਰਟ ਕਰਦੇ ਨੇ ਇਹਨਾਂ ਪ੍ਰੋਜੈਕਟਸ ਵਿੱਚ ਸੋ ਉਹਨਾਂ ਦਾ ਬਾਈ ਇਨ ਹੈਗਾ ਇਸ ਕਰਕੇ ਅਸੀਂ ਇਹ ਕੰਮ ਵੀ ਕਰ ਪਾਉਂਦੇ ਹਾਂ ਕੋਈ ਗੁਰੂ ਸਾਹਿਬ ਦੀ ਬਲੈਸਿੰਗ ਤਾਂ ਹੈਗੀ ਹੈ ਬਟ ਉਸ ਤੋਂ ਇਲਾਵਾ ਜਿਹੜੀ ਕਿ ਇੱਕ ਅੰਡਰਸਟੈਂਡਿੰਗ ਚਾਹੀਦੀ ਹੈ ਫੈਮਲੀ ਵਿੱਚ ਯੂ ਨੋ ਵੀ ਆਰ ਬਲੈਸਡ ਦੈਟ ਦੇ ਆਰ ਅੰਡਰਸਟੈਂਡ ਵਾਟ ਵੀ ਆਰ ਡੂਇੰਗ ਐਂਡ ਆਰ ਸਾਇਲੈਂਟ ਪਾਰਟਨਰਸ ਇਨ ਇਟ ਐਂਡ ਸਪੋਰਟਿੰਗ ਅਸ ਫੁੱਲ ਸਪੋਰਟ ਕਰਦੇ ਸਰ ਜੇ ਉਹ ਸਪੋਰਟ ਨਹੀਂ ਹੋ ਸਕਦੀ ਸੀ ਤਾਂ ਅਸੀਂ ਇਹ ਕੰਮ ਨਹੀਂ ਕਰ ਸਕਦੇ ਸੀ ਸੋ ਡੂ ਆਈ ਹੈਵ ਯੂਅਰ ਪਰਮਿਸ਼ਨ ਕਿ ਮੈਂ MYTV ਤੋਂ ਤੁਹਾਡੇ ਫੈਮਿਲੀ ਦੇ ਹਰ ਮੈਂਬਰ ਦਾ ਥੈਂਕ ਯੂ ਕਰ ਸਕਦਾ ਥੈਂਕ ਯੂ ਵੈਰੀ ਮਚ ਫਾਰ ਸਪੋਰਟਿੰਗ ਥੈਮ ਬਿਕਾਜ਼ ਇਨ ਟਰਨ ਯੂ ਆਰ ਸਪੋਰਟਿੰਗ ਹਿਊਮੈਨਿਟੀ ਐਂਡ ਯੂ ਆਰ ਸਪੋਰਟਿੰਗ ਸਿੱਖਿਜ਼ਮ ਸਾਡੀ ਪਹਿਚਾਣ ਵੱਧ ਰਹੀ ਹੈ ਅਸੀਂ ਆਪਣੇ ਦਿਲ ਦੇ ਉਹ ਜਿਹੜੇ ਉਬਾਲੇ ਨੇ ਦਿਲ ਦੇ ਜਿਹੜੇ ਭਾਵ ਨੇ ਉਹ ਅਸੀਂ ਇਹਨਾਂ ਲੋਕਾਂ ਨੂੰ ਦੇ ਅੱਗੇ ਰੱਖ ਕੇ ਸ਼ੇਅਰ ਕਰਕੇ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ ਆਰ ਨੋਟ ਡਿਫਰੈਂਟ ਵੀ ਮੇ ਲੁੱਕ ਐਂਡ ਅਪੀਅਰ ਡਿਫਰੈਂਟ ਬਟ ਵੀ ਆਰ ਹਿਊਮਨ ਬੀਂਗਸ ਐਂਡ ਵੀ ਆਰ ਅਮੈਰੀਕਨਸ ਸੋ ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਇਹ ਡਿਸਕਸ਼ਨ ਜਾਰੀ ਰਹੇਗੀ ਹੋਰ ਕਾਫੀ ਕੁਝ ਇੰਟਰਸਟਿੰਗ ਆਪਾਂ ਡਿਸਕਸ ਕਰਨਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੀਪ ਗਿਆ ਹਮ ਬ੍ਰੋਕਰ ਆਫ ਸਕਾਈ ਰਿਐਲਟੀ ਦ ਰੀਜ਼ਨ ਵੀ ਆਰ ਸੋ ਸਕਸੈਸਫੁਲ ਬਿਕਾਜ਼ ਕਲਾਇੰਟ ਟਰਸਟ ਅਸ ਆਈਵ ਬੀਨ ਡੂਇੰਗ ਦਿਸ ਮਾਈ ਹੋਲ ਲਾਈਫ ਮਾਈ ਟੀਮ ਇਜ਼ ਮਾਈ ਵਾਈਫ ਮਾਈ ਆਫਿਸ ਮੈਨੇਜਰ ਐਂਡ ਮਾਈ ਏਜੰਟਸ ਵੀ ਲੁੱਕ ਫਾਰਵਰਡ ਟੂ ਅਰਨ ਯੋਰ ਬਿਜ਼ਨਸ ਐਂਡ ਵੀ ਡੂ ਸਪੀਕ ਯੋਰ ਲੈਂਗੁਏਜ ਥੈਂਕ ਯੂ ਇੱਕ ਵਾਰ ਫਿਰ ਸਵਾਗਤ ਤੁਹਾਡਾ ਤੁਹਾਡੇ ਆਪਣੇ ਪ੍ਰੋਗਰਾਮ ਡੀ ਸੀ ਨੈਟ ਵਿਦ ਪਾਲ ਬਾਟ ਵਾਸ਼ਿੰਗਟਨ ਡੀ ਸੀ ਤੋਂ ਮੈਂ ਤੁਹਾਡਾ ਆਪਣਾ ਪਾਲ ਬਾਟ ਔਰ ਮੇਰੇ ਨਾਲ ਮੇਰੇ ਰਾਈਟ 'ਤੇ ਸਰਦਾਰ ਹਰਦਿਆਲ ਸਿੰਘ ਮੇਰੇ ਖੱਬੇ ਸਰਦਾਰ ਰਜੇਸ਼ ਸਿੰਘ ਅਤੇ ਮੇਰੇ ਐਕਸਟ੍ਰੀਮ ਲੈਫਟ 'ਤੇ ਬੈਠੇ ਨੇ ਸਰ ਜਤਿੰਦਰ ਸਿੰਘ ਹੋਣੀ ਜਿਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ 'ਚ ਔਰ ਗੱਲ ਚੱਲ ਰਹੀ ਹੈ ਜੀ ਯੂਨਾਈਟਡ ਸਿੱਖਸ ਦੀ ਅਮੈਰੀਕਾ ਔਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਜਿਹੜੇ ਸਾਡੇ ਪ੍ਰੋਜੈਕਟ ਚੱਲ ਰਹੇ ਨੇ ਜਾਂ ਜਿੱਥੇ ਜਿੱਥੇ ਆਪਣੀ ਇਨਵੋਲਵਮੈਂਟ ਰਹੀ ਹੈ ਉਹ ਵਿਊਜ਼ ਨਾਲ ਪਲੀਜ਼ ਸ਼ੇਅਰ ਕਰ ਦਿਓ ਥੋੜ੍ਹੇ ਹਾਂਜੀ ਜ਼ਰੂਰ ਹਰੀਕੇਨ ਹਾਰਵੀ ਦੇ ਬਾਰੇ ਅਸੀਂ ਗੱਲ ਕੀਤੀ ਹੈ ਅਰਮਾ ਫਲੋਰਿਡਾ ਮੈਕਸੀਕੋ ਦੇ ਵਿੱਚ ਵੀ ਕਾਫੀ ਕੰਮ ਹੋਇਆ ਪਿੱਛੇ ਜਿਹੜਾ ਅਰਥਕੁਏਕ ਆਇਆ ਸੀਗਾ ਉੱਥੇ ਰਫਲੀ ਬਟ 50,000 ਮੀਲਸ ਸਰਵ ਹੋਏ ਉੱਥੇ 10,000 ਪਲੱਸ ਮੈਡੀਕਲ ਸਪਲਾਈਜ਼ ਉੱਥੇ ਦਿੱਤੀਆਂ ਗਈਆਂ 500 ਪਲੱਸ ਬੈਡਿੰਗਸ ਐਂਡ ਬਲੈਂਕਟਸ ਡਿਸਟ੍ਰੀਬਿਊਟਿਡ ਡੀਪ ਜ਼ੋਨਸ ਦੇ ਵਿੱਚ ਆ ਕੇ ਕਈ ਵਾਰੀ ਡਿਜ਼ਾਸਟਰ ਜਦੋਂ ਹੁੰਦਾ ਅਤੇ ਮੈਜੋਰਿਟੀ ਆਫ ਦ ਟਾਈਮਸ ਮੇਨ ਜਗ੍ਹਾ 'ਤੇ ਹੀ ਕਵਰੇਜ ਹੁੰਦੀ ਹੈ ਸਾਰੀ ਮੀਡੀਆ ਦੀ ਵੀ ਅਤੇ ਅਲਾਟ ਆਫ ਟਾਈਮਸ ਡਿਫਰੈਂਟ ਜਿਹੜੀ ਹੈਲਪ ਪਹੁੰਚਦੀ ਆ ਬਟ ਸਾਡੇ ਜਿਹੜੇ ਵਾਲੰਟੀਅਰਸ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੋ ਡੀਪ ਇਨ ਟੂ ਦ ਰੂਟਸ ਇਨ ਟੂ ਦ ਵਿਲੇਜਸ ਐਂਡ ਫਰਦਰ ਡਾਊਨ ਐਂਡ ਫਾਈਂਡ ਪੀਪਲ ਕਿ ਜਿੱਥੇ ਹੋਰ ਹੈਲਪ ਚਾਹੀਦੀ ਐਂਡ ਵੀ ਫਾਈਂਡ ਆਲ ਦ ਟਾਈਮ ਤੁਹਾਨੂੰ ਬੰਦੇ ਬਹੁਤ ਮਿਲਦੇ ਜਿਹਨਾਂ ਤੱਕ ਹੈਲਪ ਨਹੀਂ ਪਹੁੰਚ ਰਹੀ ਹੁੰਦੀ ਰਾਈਟ ਸੋ ਵੀ ਗੋ ਡੀਪ ਐਂਡ ਫਾਈਂਡ ਆਊਟ ਯੂ ਨੋ ਉਹਨਾਂ ਨੂੰ ਅਸੀਂ 250 ਤੋਂ ਜ਼ਿਆਦਾ ਹੋਮਸ ਵੀ ਰੀਬਿਲਟ ਹੋਏ ਉੱਥੇ
ਆਪਣਾ ਪੋਟੋਰੀਕੋ ਦੇ ਵਿੱਚ 150,000 ਪਲੱਸ ਮੀਲ ਸਰਵ ਹੋਏ, ਅਬਾਊਟ 15,000 ਪਲੱਸ ਮੈਡੀਕਲ ਸਪਲਾਈਜ਼ ਉੱਥੇ ਵੀ ਗਈਆਂ, ਐਂਡ 500 ਪਲੱਸ ਹੋਮਸ ਰੀਬਿਲਟ ਹੋਏ. ਉੱਥੇ ਸਭ ਤੋਂ ਵੱਡੀ ਅਚੀਵਮੈਂਟ ਜਿਹੜੀ ਪੋਟੋਰੀਕੋ ਦੇ ਵਿੱਚ ਰਹੀ, ਉੱਥੇ ਇੱਕ ਤਾਂ ਸਪਲਾਈਜ਼ ਨਹੀਂ ਸੀ ਪਹੁੰਚ ਰਹੀਆਂ, ਅਤੇ ਪਾਣੀ ਵੀ ਨਹੀਂ ਸੀਗਾ, ਇਲੈਕਟ੍ਰੀਸਿਟੀ ਵੀ ਨਹੀਂ ਸੀਗੀ, ਜਿਹੜੀ ਕਿ ਸਭ ਤੋਂ ਵੱਡੀ ਇਲੈਕਟ੍ਰੀਸਿਟੀ ਅਤੇ ਪਾਣੀ ਦੀ ਪ੍ਰੋਬਲਮ ਆਉਂਦੀ ਹੈ. ਰਾਈਟ. ਐਂਡ ਆਈਲੈਂਡ ਹੋਣ ਕਰਕੇ ਇਟ ਵਾਜ਼ ਟੋਟਲੀ ਡਿਸਕਨੈਕਟਡ ਫਰੋਮ ਦ ਹੋਲ ਵਰਲਡ. ਰਾਈਟ. ਐਂਡ ਉੱਥੇ ਜਿਹੜੇ ਸਾਡੇ ਵਾਲੰਟੀਅਰਸ ਪਹੁੰਚੇ ਸੀਗੇ, ਉੱਥੇ ਉਹਨਾਂ 'ਚੋਂ ਇੱਕ ਇੰਜੀਨੀਅਰਿੰਗ ਟੀਮ ਵੀ ਸੀ ਸਾਡੀ, ਜਿਹੜੇ ਉੱਥੇ ਵਾਟਰ ਪੰਪ ਸੀਗਾ ਜਿਹੜਾ, ਦੈਟ ਵਾਜ਼ ਡੈਮੇਜਡ ਵਿਦ ਦ ਸਟੋਰਮ. ਤਾਂ ਉਹਨਾਂ ਨੇ ਵਾਟਰ ਪੰਪ 2 ਚਲਾਏ, ਜਿਹੜਾ ਕਿ 60,000 ਪਲੱਸ ਲੋਕਾਂ ਨੂੰ ਵਾਟਰ ਮਿਲਿਆ ਉੱਥੇ. ਵਾਹ, ਦੈਟ ਵਾਜ਼ ਦ ਬਿਗੈਸਟ ਅਚੀਵਮੈਂਟ ਓਵਰ ਦੇਅਰ. ਕੀ ਬਾਤ ਹੈ, ਪਵਨ ਗੁਰੂ ਪਾਣੀ ਪਿਤਾ. ਜੀ ਬਿਲਕੁਲ ਬਿਲਕੁਲ, ਕਿੰਨੀ ਇੰਪੋਰਟੈਂਸ ਹੈ ਪਾਣੀ ਦੀ ਭਾਜੀ. ਉਹਨਾਂ ਨੂੰ ਉੱਥੇ ਜਾਣ ਲਈ ਵੀ ਦੇ ਹੈਡ ਟੂ ਕਲਾਈਮ ਦ ਮਾਊਂਟੇਨਸ, ਐਂਡ 4 ਵਜੇ ਤੋਂ ਪਹਿਲੇ ਪਹਿਲੇ ਵਾਪਸ ਆਉਣਾ ਹੁੰਦਾ ਸੀਗਾ, ਅਰਲੀ ਮਾਰਨਿੰਗ ਰਾਈਜ਼ ਕਰਕੇ ਜਾਣਾ ਹੁੰਦਾ ਬਿਕੋਜ਼ ਲਾਈਟ ਨਹੀਂ ਸੀਗੀ, ਐਂਡ ਨਾਲੇ ਲੈਂਡ ਸਲਾਈਡਸ ਐਂਡ ਰੇਨ. ਸੋ ਇਟ ਵਾਸ ਰੀਅਲੀ ਡੇਂਜਰਸ ਪਾਥ ਟੂ ਗੋ ਟੂ. ਇੱਕ ਹੋਰ ਵੀ ਹੈ, ਕਿਉਂਕਿ ਉਸ ਵਕਤ ਹਰ ਮਿੰਟ ਜਿਹੜਾ ਮਤਲਬ ਬਹੁਤ ਇੰਪੋਰਟੈਂਟ ਹੈ ਭਾਜੀ, ਕਿਉਂਕਿ ਤੁਸੀਂ ਇੱਧਰ ਥੱਕੇ ਹੋ, ਸੌਣਾ ਚਾਹੁੰਦੇ ਹੋ, ਉਹੀ ਮਿੰਟ ਕਿਸੇ ਜ਼ਿੰਦਗੀ ਬਚਾ ਸਕਦਾ. ਵਾਟ ਅ ਡਿਲੇਮਾ ਯੂ ਫੇਸ. ਮੈਂ ਵਿਊਜ਼ ਦੱਸਣਾ ਚਾਹੁੰਦਾ ਜੀ, ਅਗਰ ਆਪਣੇ ਆਪ ਨੂੰ ਉਸ ਸਥਿਤੀ ਦੇ ਵਿੱਚ ਆਪਾਂ ਹਾਜ਼ਰ ਸਮਝ ਕੇ ਥੋੜ੍ਹਾ ਜਿਹਾ ਵਿਚਾਰੀਏ ਤਾਂ ਬੜਾ ਬੜੀ ਤਲਕਣਬਾਜ਼ੀ ਦੇ ਤੁਸੀਂ ਖੇਡਦੇ ਹੁੰਦੇ ਹੋ. ਬਿਲਕੁਲ, ਕਿਉਂਕਿ ਇੱਕ ਪਾਸੇ ਤੁਹਾਡੀ ਆਪਣੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਦੂਜੇ ਪਾਸੇ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ. ਰਾਜੇਸ਼ ਜੀ, ਬਟ ਓਬੀਅਸਲੀ ਕੁਦਰਤ ਦੀ ਜਿਹੜੀ ਮਾਰ ਪੈਂਦੀ ਰਹਿੰਦੀ ਹੈ ਔਰ ਇਹ ਪੈਂਦੀ ਰਹਿਣੀ ਹੈ, ਪਰ ਓਵਰ ਦੀ ਈਅਰਸ ਐਨੀ ਵਨ ਆਫ ਯੂ ਕੈਨ ਆਨਸਰ ਦੈਟ, ਕਿ ਹੈਵ ਯੂ ਸੀਨ ਕਿ ਸਾਡੀ ਜਿਹੜੀ ਇਨਪੁੱਟ ਹੈ ਸਾਡੀ ਕਮਿਊਨਿਟੀ ਦੀ, ਉਹ ਵੱਧ ਰਹੀ ਹੈ? ਜੇ ਵੱਧ ਰਹੀ ਹੈ ਤਾਂ ਕਿਸ ਰੇਸ਼ੋ ਨਾਲ ਵੱਧ ਰਹੀ ਹੈ, ਕਿਉਂਕਿ ਅਵੇਅਰਨੈਸ ਨੈਚੁਰਲੀ ਹੌਲੀ ਹੌਲੀ ਹੋਰ ਹੋ ਰਹੀ ਹੈ. ਹਾਂਜੀ. ਸੋ ਡੈਫੀਨੇਟਲੀ ਵੀਰ ਜੀ, ਜਿਹੜੀ ਜੋ ਅਸੀਂ ਅਗਰ ਅਸੀਂ ਜੇ ਅਸੀਂ 96 ਅਗਰ ਗਰੋ ਕਰ ਰਹੇ ਤਾਂ ਇਟ ਇਜ਼ ਬਿਕੋਜ਼ ਆਫ ਦ ਫੈਕਟ ਦੈਟ ਦ ਕਮਿਊਨਿਟੀ ਇਜ਼ ਪਾਰਟਿਸਿਪੇਟਿੰਗ ਇਨ ਇਟ ਇਨ ਅ ਬਿਗਰ ਵੇ. ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਰਿਹਾ. ਬਿਲਕੁਲ ਹਾਂਜੀ. ਸੋ ਡੈਫੀਨੇਟਲੀ ਜਿਸ ਤਰ੍ਹਾਂ ਦੱਸਿਆ ਕਿ ਵੀ ਨਾ ਹੀ ਸਾਡਾ 96 ਹੈ, ਜੇ ਅਸੀਂ ਗਰੋ ਕਰਦੇ ਹਾਂ ਤਾਂ ਡੈਫੀਨੇਟਲੀ ਇਟਸ ਬਿਕੋਜ਼ ਅ ਕਮਿਊਨਿਟੀ ਇਜ਼ ਗਰੋਇੰਗ, ਉਹਨਾਂ ਦੀ ਪਾਰਟੀਸਿਪੇਸ਼ਨ ਵੱਧ ਰਹੀ ਹੈ, ਉਹਦੇ ਕਾਰਨ ਅਸੀਂ ਇਨ ਇਹ ਆਊਟਰੀਚ ਕਰ ਪਾ ਰਹੇ ਹਾਂ. ਕਿਉਂਕਿ ਜਿਹੜੇ ਡਿਜ਼ਾਸਟਰ ਰਿਲੀਫ ਦੇ ਕੰਮ ਨੇ, ਇਹ ਜਦ ਤੱਕ ਸਟੇਟ ਸਪੋਂਸਰ ਨਹੀਂ ਕਰਦੀ, ਇਟ ਇਜ਼ ਵੈਰੀ ਡਿਫੀਕਲਟ ਟੂ ਇੰਪਲੀਮੈਂਟ. ਸਾਡੀ ਜਿਹੜੀ ਸਟੇਟ ਹੈ ਉਹ ਹੈਗੀ ਹੈ ਦ ਕਮਿਊਨਿਟੀ, ਦੇ ਆਰ ਦ ਵਨਸ ਹੂ ਆਰ ਐਕਚੁਲੀ ਪਾਰਟੀਸਿਪੇਟਿੰਗ ਇਨ ਦਿਸ ਐਫਰਟ, ਯੂ ਨੋ. ਐਂਡ ਵੀ ਹੈਵ ਗ੍ਰੇਟ ਫਿਲੈਂਥ੍ਰੋਪਿਸਟ ਜਿਹੜੇ ਆਪਣੀ ਕਮਿਊਨਿਟੀ 'ਚ ਹੈਗੇ ਨੇ, ਔਰ ਜੋ ਜੋ ਜਿਸ ਵੇਲੇ ਉਹ ਦੇਖਦੇ ਨੇ ਕੰਮ ਜਿਹੜਾ ਹੋ ਰਿਹਾ, ਐਗਜੀਕਿਊਟ ਹੋ ਰਿਹਾ, ਅਤੇ ਉਹ ਅੱਗੇ ਆ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਨੂੰ ਕਹਿੰਦੇ ਨੇ ਕਿ ਵੀ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਯੂ ਵਾਂਟ ਟੂ ਵਾਲੰਟੀਅਰ. ਅਸੀਂ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਹੋਣਾ ਕਿ ਵੀ ਜਿੱਦਾਂ ਟਰੱਕ ਟ੍ਰੇਲਰਸ ਹੈਗੇ ਸੀ ਜਿਹਨਾਂ ਦਾ ਕੰਮ ਹੈਗਾ, ਮੈਨੀ ਕੇਸਿਸ ਵੀ ਈਵਨ ਬੋਟ ਦੀ ਇਕੁਪਮੈਂਟ ਟੂ ਪਿਕ ਦ ਗੁੱਡਸ ਐਂਡ ਦੇ ਜਸਟ ਡ੍ਰੌਪ ਦੈਮ ਦੇਅਰ. ਇਨ ਸਮ ਕੇਸਿਸ ਉਹਨਾਂ ਨੇ ਕਿਹਾ ਸਾਡੇ ਕੋਲ ਆਪਣੇ ਕੋਲ ਗੁੱਡਸ ਅਸੀਂ ਇਕੱਠੇ ਕੀਤੇ ਹੋਏ ਨੇ, ਅਤੇ ਸਿਰਫ ਯੂ ਨੋ ਜਸਟ ਪੇ ਫੋਰ ਦ ਫਿਊ ਐਂਡ ਵੀ ਵੁੱਡ. ਸੋ ਵੀ ਮੇਡ ਡਿਫਰੈਂਟ ਪਰਮਿਟੇਸ਼ਨ ਐਂਡ ਕੋਂਬੀਨੇਸ਼ਨਸ, ਬਟ ਵੀ ਮੇਡ ਸ਼ੋਰ ਕਿ ਬਈ ਯੂ ਨੋ ਜਿਹੜੇ ਜਿਸ ਓਪਰੇਸ਼ਨ ਭਾਈ ਸਾਹਿਬ ਨਾਲ ਦੱਸ ਰਹੇ ਸੀ ਕਿ ਇਹ ਨੀਡਸ ਆਈਡੈਂਟੀਫਾਈ ਕਰਦੇ ਨੇ, ਉਹਦੇ ਨਾਲ ਫਿਰ ਫੀਮਾ ਨਾਲ ਮਿਲ ਕੇ ਅਸੀਂ ਇਹ ਕਨਫਰਮ ਕਰਦੇ ਹਾਂ ਕਿ ਜੋ ਨੀਡਸ ਨੇ ਜੈਨੂਇਨ ਹੈ ਜਾਂ ਨਹੀਂ, ਜਾਂ ਉਹਨਾਂ ਨੇ ਜਿਹੜੀਆਂ ਨੀਡਸ ਆਈਡੈਂਟੀਫਾਈ ਕੀਤੀਆਂ ਨੇ ਉਹ ਲੋਜਿਸਟਿਕਸ ਵਿੱਚ ਪੂਰੀਆਂ ਠੀਕ ਬੈਠ ਰਹੀਆਂ ਕਿ ਨਹੀਂ ਬੈਠ ਰਹੀਆਂ, ਜਿਹੜੀਆਂ ਉੱਥੇ ਦੀਆਂ ਵਰਲਡ ਏਜੰਸੀਜ਼ ਹੈਗੀਆਂ ਨੇ ਉਹ ਕਿੰਨੀ ਆਲਰੇਡੀ ਏਡ ਪ੍ਰੋਵਾਈਡ ਕਰ ਚੁੱਕੇ ਨੇ, ਜਾਂ ਜੋ ਅਸੀਂ ਏਡ ਪ੍ਰੋਵਾਈਡ ਕਰਨੀ ਉਹਦੇ 'ਚ ਉਹ ਆਲਰੇਡੀ ਹਿੱਸਾ ਕੁਛ ਪਾ ਚੁੱਕੇ ਕਿ ਨਹੀਂ. ਸੋ ਇਹ ਇਟ ਰਿਕੁਆਇਰਸ ਆਲ ਦੀ ਫਲੋ ਆਫ ਇਨਫੋਰਮੇਸ਼ਨ ਟੂ ਬੀ ਕੰਬਾਈਨ ਟੂਗੈਦਰ ਐਂਡ ਦੈਨ ਵੀ ਐਗਜੀਕਿਊਟਿਡ, ਤਾਂ ਕਿ ਉਹਦੇ ਨਾਲ ਜਿਹੜੀ ਅਸੀਂ ਏਡ ਪ੍ਰੋਵਾਈਡ ਕਰਨੀ ਹੈ ਇਟ ਮੀਟਸ ਦ ਟਾਰਗੇਟ ਜਿੱਥੇ ਜੈਨੂਇਨਲੀ ਲੋੜ ਹੈਗੀ. ਰਾਈਟ. ਸੋ ਦੇਰ ਇਜ਼ ਅ ਲੋਟ ਆਫ ਵਰਕ ਦੈਟ ਗੋਜ਼ ਬਿਹਾਈਂਡ ਦ ਸੀਨ. ਇਟ ਇਜ਼ ਨੋਟ ਐਟ ਆਲ ਕਿ ਐਡ ਹੋਕ ਅਸੀਂ ਉੱਠ ਕੇ ਕੰਮ ਕਰਦੇ ਹਾਂ. ਸਿਮਿਲਰਲੀ ਇੰਟਰਨੈਸ਼ਨਲੀ ਇਸ ਵੇਲੇ ਕੋਈ ਡਿਜ਼ਾਸਟਰ ਹੁੰਦਾ, ਐਜ ਅ ਪਾਰਟ ਆਫ ਦ ਯੂ ਐਨ ਏਜੰਸੀਜ਼, ਉਹਦੇ ਜਿਹੜੇ ਯੂ ਐਨ ਦੇ ਕਲਸਟਰਸ ਹੁੰਦੇ ਨੇ ਉਹਨਾਂ ਨਾਲ ਮਿਲ ਕੇ ਸਾਨੂੰ ਇਸ ਵੇਲੇ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਇੱਥੇ ਆਹ ਚੀਜ਼ ਦੀ ਲੋੜ ਹੈ, ਤਾਂ ਦੇਰ ਆਰ 10 ਏਜੰਸੀ ਸਿਟਿੰਗ ਟੁਗੈਦਰ ਐਂਡ ਦੇ ਟੈਲ ਅਸ ਓਕੇ ਕਿ ਵੀ ਇੱਥੇ ਆਹ ਪਿਕਟਸ ਹੈਗੇ ਨੇ, ਇਹਨਾਂ ਪਿਕਟਸ ਵਿੱਚ 10,000 ਬੰਦਾ, ਇਹ 5,000 ਬੰਦਾ, ਇਹਦੇ 7,000 ਬੰਦਾ ਹੈਗਾ, ਇਹਦੇ ਸਾਨੂੰ ਇੰਨੀਆਂ ਮੀਲਸ ਚਾਹੀਦੀਆਂ ਨੇ, ਓਕੇ ਹੂ ਕੈਨ ਟੇਕ ਹਾਊ ਮਨੀ ਮੀਲਸ. ਸੋ ਵਰਕਿੰਗ ਟੁਗੈਦਰ ਇਜ਼ ਵੈਰੀ ਇੰਪੋਰਟੈਂਟ, ਦੈਟ ਇਜ਼ ਵਾਟ ਵੀ ਹੈਵ ਲਰਨਡ ਡਿਊਰਿੰਗ ਆਵਰ ਲੈਸਨਸ. ਐਂਡ ਜੋ ਇਨਫੋਰਮੇਸ਼ਨ ਅਸੀਂ ਇਸ ਲਈ ਆਪਣੀ ਕਮਿਊਨਿਟੀ ਨੂੰ ਰੋਲ ਬੈਕ ਕਰਕੇ ਥਰੂ ਪ੍ਰੈਸ ਰਿਲੀਜ਼ ਹੋਰ ਅਸੀਂ ਵੀਡੀਓਜ਼ ਨਾਲ ਰਾਹੀਂ ਪਹੁੰਚਾਉਂਦੇ ਹਾਂ, ਥੈਂਕਸ ਟੂ MYTV ਫੋਰ ਆਲਵੇਜ਼ ਹੈਲਪਿੰਗ ਅਸ ਟੂ ਗੈਟ ਦਿਸ ਮੈਸੇਜ ਆਊਟ, ਯੂ ਨੋ. ਉਹਦੇ ਨਾਲ ਕੀ ਹੈ, ਉਹ ਲੋਕ ਦੇਖ ਕੇ ਜਦ ਵੈਨ ਦੇ ਕੈਨ ਵਟ ਵੀ ਸੇ ਐਂਡ ਵਨ ਦੈਟ ਮੇਕ ਸੈਂਸ ਟੂ ਦੈਮ, ਦੇ ਕਮ ਆਊਟ ਇਨ ਅ ਲਾਰਜਰ ਵੇ ਟੂ ਹੈਲਪ ਅਸ ਆਊਟ. ਐਂਡ ਅਸੀਂ ਚਾਹੁੰਦੇ ਹਾਂ ਵੀ ਇਹ ਪਿਆਰ ਸਾਨੂੰ ਹੋਰ ਮਿਲੇ, ਔਰ ਅਸੀਂ ਜਿਸ ਤਰ੍ਹਾਂ ਅੱਜ ਰੈੱਡ ਕ੍ਰੋਸ ਇਸ ਲੈਵਲ 'ਤੇ ਪੁੱਛਿਆ ਹੋਇਆ
ਉਸ ਤੋਂ ਵੀ ਵੱਧ ਚੜ੍ਹ ਕੇ ਕੌਮ ਦੀ ਸੇਵਾ ਕਰ ਸਕੀਏ ਔਰ ਯੂ ਸੀ ਮੋਸਟ ਆਫ ਅਵਰ ਪ੍ਰੋਜੈਕਟਸ 95% ਆਰ ਫੋਰ ਨੋਨ ਸਿੱਖਸ ਕਿਉਂਕਿ ਜਿਹੜੇ ਡਿਜ਼ਾਸਟਰਸ ਹੁੰਦੇ ਨੇ ਕੰਪੇਅਰ ਟੂ ਪੰਜਾਬ ਡਿਜ਼ਾਸਟਰਸ ਆਰ ਆਊਟ ਹੈਪਨਿੰਗ ਮੋਰ ਇਨ ਅਲਾ ਬਿਗ ਅਵੇ ਇਨ ਅਦਰ ਪਲੇਸਿਸ ਜੀ ਸੋ ਜਿਸ ਜੋ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਇਟ ਇਜ਼ ਟੂ ਰੈਕਗਨਾਈਜ਼ ਹਿਊਮਨ ਰੇਸ ਐਜ਼ ਵਨ ਸੋ ਉਹਦੇ ਥੱਲੇ ਵੀ ਵਿਦਆਊਟ ਐਨੀ ਮੈ ਇਨ ਐਨੀ ਵੇ ਥਿੰਕਿੰਗ ਅਬਾਊਟ ਕਿ ਬਈ ਇਹ ਨਹੀਂ ਹੈ ਕਿ ਨਹੀਂ ਹੈਗੇ ਜਿਸ ਤਰ੍ਹਾਂ ਡਿਜ਼ਾਸਟਰ ਹੈ ਇਟ ਸੀਜ਼ ਨੋ ਪੇਨ ਇਟ ਡਜ਼ਨਟ ਸੀ ਐਨੀ ਰਿਲੀਜਨ ਜਿਹੜੀ ਪੇਨ ਹੈ ਔਰ ਡਿਜ਼ਾਸਟਰ ਹੈ ਇਹਦੇ ਵਾਸਤੇ ਕੋਈ ਧਰਮ ਨਹੀਂ ਹੈਗਾ ਇਹ ਸਾਰਿਆਂ ਵਾਸਤੇ ਸਾਂਝੀ ਔਰ ਲਾਇਕ ਹੈਗੀ ਕੋਈ ਸ਼ੱਕ ਨਹੀਂ ਸੋ ਇਸ ਕਰਕੇ ਵੀ ਆਰ ਲੁਕਿੰਗ ਟੂ ਬਿਲਡ ਅ ਵੋਲੰਟਰੀ ਫੋਰਸ ਜੋ ਅਸੀਂ ਸਾਡੇ ਕੋਲ ਇਸ ਵੇਲੇ ਅਰਾਊਂਡ 1200 ਵੋਲੰਟੀਅਰ ਹੈਗੇ ਨੇ ਥਰੋਅ ਆਊਟ ਦ ਵਰਲਡ ਔਰ ਅਸੀਂ ਚਾਹੁੰਦੇ ਹਾਂ ਕਿ ਵੀ ਇਹ ਨੰਬਰ ਜਿਹੜਾ ਹੈਗਾ ਸਾਡਾ 10,000 ਤੱਕ ਪਹੁੰਚ ਜਾਏ ਜਿਹਦੇ ਨਾਲ ਅਸੀਂ ਤਿਆਰ ਬਰ ਤਿਆਰ ਸਾਡੇ ਯੰਗਸਟਰਸ ਜਿਹੜੇ ਹੈਗੇ ਨੇ ਔਰ ਨੋਟ ਓਨਲੀ ਸਿੱਖ ਕਮਿਊਨਿਟੀ ਦੇ ਵੋਲੰਟੀਅਰਸ ਨੇ ਦੇਰ ਆਰ ਮੈਨੀ ਅਮੈਰੀਕਨਸ ਜਿਹੜੇ ਸਾਡੇ ਨਾਲ ਜੁੜੇ ਨੇ ਇਸ ਕੰਮ ਲਈ ਮੈਨੀ ਅਮੈਰੀਕਨਸ ਵੁੱਡ ਕਮਿੰਗ ਆਊਟ ਐਂਡ ਸੇਇੰਗ ਕਿ ਬਈ ਅਸੀਂ ਹੋਰ ਏਜੰਸੀਜ਼ ਨਾਲ ਕੰਮ ਕਰਦੇ ਹਾਂ ਬਟ ਦੇਰ ਇਜ਼ ਨੋਟ ਅ ਬਿਊਰੋਕਰੇਸੀ ਇਨ ਦੈਮ ਤੁਹਾਡੇ ਨਾਲ ਇੱਦਾਂ ਵੀ ਅਸੀਂ ਮਿਲ ਕੇ ਕੰਮ ਕਰਦੇ ਹਾਂ ਤੁਹਾਡਾ ਕੰਮ ਸਿੱਧਾ ਡਾਇਰੈਕਟ ਵੀ ਓਕੇ ਕਮ ਗੈਟ ਟ੍ਰੇਨਡ ਵੀ ਸੈਂਡ ਫੋਰ ਅ ਟ੍ਰੇਨਿੰਗ ਪ੍ਰੋਗਰਾਮ ਐਂਡ ਦੈਨ ਇਮੀਡੀਏਟਲੀ ਦੇ ਲਾਂਚ ਇਨ ਟੂ ਦ ਫੀਲਡ ਸੋ ਦੇ ਲਵ ਦੀ ਵੇ ਦੈਟ ਦੇ ਆਰ ਏਬਲ ਟੂ ਰੀਅਲੀ ਗੋ ਆਊਟ ਐਂਡ ਬੀ ਦ ਫਸਟ ਲੈਵਲ ਆਫ ਸਪੋਰਟ ਡਾਇਰੈਕਟਲੀ ਵਿਦ ਦੀ ਪੀਪਲ ਹੂ ਆਰ ਇੰਪੈਕਟਡ ਜਿਹੜੇ ਵਿਊਅਰਸ ਇਸ ਟਾਈਮ ਦੇਖ ਰਹੇ ਨੇ ਅਤੇ ਜਿਹੜੇ ਅੰਦਰੋਂ ਉਬਾਲੇ ਉੱਠ ਰਹੇ ਨੇ ਉਹਨਾਂ ਦੇ ਦੇ ਵਾਂਟ ਟੂ ਜੁਆਇਨ ਯੂ ਗਾਇਜ਼ ਦੇ ਵਾਂਟ ਟੂ ਹੈਲਪ ਆਊਟ ਐਂਡ ਬੀ ਪਾਰਟ ਆਫ ਦ ਟੀਮ ਉਹ ਕਿਵੇਂ ਕਰ ਸਕਦੇ ਇਟਸ ਵੈਰੀ ਸਿੰਪਲ ਅੱਜ ਦੀ ਟੈਕਨੋਲੋਜੀ ਨੇ ਤਾਂ ਬੜਾ ਕੰਮ ਈਜ਼ੀ ਕਰਤਾ ਯੂਨਾਈਟਿਡ ਸਿੱਖਸ ਡਾਟ ਔਰਗ ਸਲੈਸ਼ ਡੋਨੇਟ ਦੇਰ ਇਜ਼ ਅ ਟੈਬ ਦੇ ਆਈ ਐਮ ਸੋਰੀ ਡੋਨੇਟ ਵਾਲੰਟੀਅਰ ਡੋਨੇਟ ਇਜ਼ ਆਲਸੋ ਇੰਪੋਰਟੈਂਟ ਪਾਰਟ ਬਟ ਜਸਟ ਕਲਿੱਕ ਔਨ ਦ ਵਾਲੰਟੀਅਰ ਐਂਡ ਜਸਟ ਯੂ ਨੋ ਰਾਈਟ ਦੇਅਰ ਤੇ ਡੋਨੇਸ਼ਨ ਵੀ ਬਹੁਤ ਜ਼ਰੂਰੀ ਹੈ ਉਹ ਕਿਵੇਂ ਕਰ ਸਕਦੇ ਸੀ ਉਹ ਸੇਮ ਥਿੰਗ ਦੇਰ ਇਜ਼ ਅ ਟੈਬ ਫੋਰ ਡੋਨੇਸ਼ਨ ਆਲਸੋ ਜਸਟ ਕਲਿੱਕ ਔਨ ਦ ਟੈਬ ਐਂਡ ਯੂ ਕੈਨ ਡੋਨੇਟ ਐਨੀ ਪਾਸਿਬਲ ਵੇ ਯੂ ਕੈਨ ਡੂ ਇਟ ਪੇਪਾਲ ਕ੍ਰੈਡਿਟ ਕਾਰਡਸ ਔਰ ਬੈਂਕ ਅਕਾਊਂਟਸ ਯੂ ਕੈਨ ਡੂ ਰੈਗੂਲਰ ਵਨ ਟਾਈਮ ਡੋਨੇਸ਼ਨਸ ਔਰ ਯੂ ਕੈਨ ਡੂ ਕੰਟੀਨਿਊਸ ਡੋਨੇਸ਼ਨਸ ਮੰਥਲੀ ਵੀ ਕਰ ਸਕਦੇ ਤੁਸੀਂ ਸਭ ਟੂ ਯੂ ਜਿੱਦਾਂ ਵੀ ਕਰ ਸਕਦੇ ਸਾਰਾ ਕੋਈ ਲਿਮਿਟ ਨਹੀਂ ਮਿਨੀਮਮ ਲਿਮਿਟ ਕੋਈ ਲਿਮਿਟ ਨਹੀਂ ਤੁਹਾਡੀ ਆਪਣੀ ਇੱਛਾ ਜਿੰਨਾ ਕੋਈ ਅਫੋਰਡ ਕਰ ਸਕਦਾ ਨਹੀਂ ਕੜਾ ਤੇ ਬੂੰਦ ਬੂੰਦ ਨਾਲ ਹੀ ਭਰਨਾ ਬਿਲਕੁਲ ਔਰ ਕੜਾ ਜਿਹੜਾ ਫਿਰ ਉਹ ਡਿਜ਼ਾਸਟਰ ਦੇ ਹਿਸਾਬ ਨਾਲ ਹੀ ਪਤਾ ਲੱਗਦਾ ਕਿ ਛੋਟਾ ਜਿਹਾ ਕਿ ਕਿੱਡਾ ਵੱਡਾ ਆਪਾਂ ਦੇਖਿਆ ਅਲੱਗ ਅਲੱਗ ਤਰੀਕਿਆਂ ਦੇ ਵਿੱਚ ਪੰਜਾਬ ਦੀ ਧਰਤੀ ਵੱਲੋਂ ਚੱਲੀਏ ਪੰਜਾਬ ਦੇ ਵਿੱਚ ਅਜੇ ਸਿੰਘ ਜੀ ਪ੍ਰੋਜੈਕਟ ਆਪਣੇ ਨਿਊਮਰਸ ਪ੍ਰੋਜੈਕਟਸ ਇਨ ਪੰਜਾਬ ਬਿਲਕੁਲ ਜੀ ਆਈ ਕੈਂਪ ਦੇ ਆਰ ਲੋਟ ਆਫ ਆਈ ਚੈੱਕਅਪ ਕੈਂਪਸ ਐਂਡ ਆਲ ਦੈਟ ਵੀ ਹੈਵ ਹੈਡ ਯੂ ਨੋ ਇਨ ਦ ਪ੍ਰੀਵੀਅਸ ਈਅਰ ਦੇਰ ਆਰ ਬਲੱਡ ਡਰਾਈਵ ਕੈਂਪਸ ਯੂ ਨੋ ਦੈਟ ਵੀ ਹੈਵ ਹੈਡ ਇਟ ਦਿਸ ਇਜ਼ ਵਨ ਡਰੱਗ ਡੀ ਅਡਿਕਸ਼ਨ ਸੈਂਟਰ ਦੈਟਸ ਆਲਰੇਡੀ ਇਨ ਆਪਰੇਸ਼ਨਸ ਡਰੱਗਸ ਦੀ ਕਾਫੀ ਪ੍ਰੋਬਲਮ ਹੈਗੀ ਹੈ ਉਹਦੇ ਰਿਲੇਟਡ ਦੇ ਲੋਟ ਆਫ ਅਦਰ ਫੋਰਮਸ ਐਂਡ ਵਰਕਸ਼ਾਪਸ ਐਂਡ ਕਾਊਂਸਲਿੰਗ ਸੈਸ਼ਨਸ ਯੂ ਨੋ ਹੈਪਨਿੰਗ ਅਰਾਊਂਡ ਦੇਅਰ ਇਨ ਪੰਜਾਬ ਪੰਜਾਬ ਦੀ ਸਰਕਾਰ ਤਾਂ ਮੰਨਣ ਨੂੰ ਤਿਆਰ ਨਹੀਂ ਕੋਈ ਵੀ ਹੋਵੇ ਵੀ ਸਾਡੇ ਡਰੱਗਸ ਦੀ ਪ੍ਰੋਬਲਮ ਹੈ ਪਰ ਆਪਾਂ ਨੂੰ ਪਤਾ ਕਿ ਯੂਥ ਕਾਫੀ ਇਸ ਪਾਸੇ ਲੱਗਿਆ ਹੋਇਆ ਸੋ ਜਿਹੜਾ ਡੀ ਐਡਿਕਸ਼ਨ ਸੈਂਟਰ ਹੈ ਤੁਹਾਡਾ ਭਾਅ ਜੀ ਕਿੱਥੇ ਹੈ ਹਾਂਜੀ ਇਹ ਸਾਡਾ ਜੀ ਹੈਗਾ ਧਮੋਤ ਪਿੰਡ ਹੈਗਾ ਉੱਥੇ ਸਾਨੂੰ ਇੱਕ ਫੈਮਲੀ ਮਲੇਸ਼ੀਆ ਤੋਂ ਹੈਗੀ ਉਹਨਾਂ ਨੇ ਸਾਨੂੰ ਇੱਕ ਹੋਸਪਿਟਲ ਡੋਨੇਟ ਕੀਤਾ ਸੀ ਉਹਨਾਂ ਨੇ ਹੋਸਪਿਟਲ ਬਿਲਡ ਕੀਤਾ ਬਟ ਉਹ ਸਮ ਰੀਜ਼ਨ ਦੇ ਕੁਡਨਟ ਰਨ ਇਟ ਸੋ ਯੂ ਕੈਨ ਨੇਮ ਦੈਮ ਹਾਂਜੀ ਸੋ ਇਹ ਮੀਆ ਸਿੰਘ ਗਿੱਲ ਫੈਮਲੀ ਹੈਗੀ ਗਿੱਲ ਸਾਹਿਬ ਥੈਂਕਸ ਥੈਂਕ ਯੂ ਸੋ ਜਿਨ੍ਹਾਂ ਨੇ ਸਾਨੂੰ ਇਹ ਡੋਨੇਟ ਕੀਤਾ 3-story ਮੰਜ਼ਿਲਾ ਹੋਸਪਿਟਲ ਹੈਗਾ 25-bed ਹੋਸਪਿਟਲ ਹੈਗਾ ਔਰ ਆਫਟਰ ਵਰਡ ਦੇਅਰ ਸਾਡਾ ਜਿਹੜੇ ਹੋਰ ਇਲਾਕੇ ਨੇ ਮਾਲਵਾ ਵਿੱਚ ਬਠਿੰਡੇ ਇਲਾਕੇ ਹੋਰ ਜਿਹੜੇ ਹੈਗੇ ਨੇ many people have reached out to us and their jehde nris ne oh sanu keh rahe ne bhi tusi sade jehde ghar ne unhan nu tusi satellite clinics bana de so we are very open to that suggestion you know je tusi agar chahnde ho tusi twadi je property koi hegi hai jehdi ke khali payi hai tusi use nahi kar rahe ho te tusi is passe unnu launa chahnde ho then we can assist you in that you know we will basically you just lease it out to us and then you know you are but we will use it as a satellite center talking to our main center and then usi jude patients ne asi uthe unna nu rakh sakde hain ya unnu treatment de sakde hain ya counseling de sakde hain aur jo sare doctors di team hai oh fir rotate it ke they can rotate around and go into those areas and help them out you know asi jado koi mela karde hain itthe to mele de 10,500 banda aam ho janda ikattha main asi so why don't we start apne gharon kyon na shuru kariye apne local tode united six de local kede ਮੈਂਬਰ ਆ ਜਿਹਦੇ ਨਾਲ ਅਸੀਂ ਕੰਟੈਕਟ ਕਰ ਸਕਦੇ ਹਾਂ ਜਸਟ ਜਸਟ ਨੇਮ ਵਨ ਸਰਨਦੀਪ ਸਿੰਘ ਹੈਗੇ ਨੇ ਜੀ ਮਹਿਤਾਬ ਸਿੰਘ ਹੈਗੇ ਨੇ ਜੀ ਮਹਿਤਾਬ ਸਿੰਘ ਕਾਲੂ ਹਾਂਜੀ ਸਿੰਘ ਕਾਲੂ ਹਾਂਜੀ ਉਹ ਹੈਗੇ ਨੇ ਸਾਡੇ ਇੱਥੇ ਐਡਵਾਈਜ਼ਰ ਹੈਗੇ ਨੇ ਸਾਡੇ ਨਾਲ ਮਿਲ ਕੇ ਕੰਮ ਕਰਦੇ ਨੇ ਸਾਡੇ ਬੋਰਡ 'ਤੇ ਵੀ ਸਾਨੂੰ ਕਾਫੀ ਸੁਜੈਸ਼ਨ ਸਾਡੀ ਹੈਲਪ ਕਰਦੇ ਨੇ ਸਰਨਦੀਪ ਸਿੰਘ ਸਰਕਾਰੀ ਉਹ ਹੈਗੇ ਨੇ ਜੀ ਅਤੇ ਸਰਮੇਲ ਸਿੰਘ ਹੈਗੇ ਨੇ ਉਹ ਵੀ ਹੈਗੇ ਨੇ ਜੀ
thanks to you too. You have been helping us a lot too. Mr. Paul Bart, we would also try to tell him that he's been very helpful to us. ਅਸੀਂ ਤਾਂ ਤੁਹਾਡਾ ਐਸਾ ਬਣ ਚੁੱਕੇ ਹਾਂ, ਗੱਲ ਇਹ ਨਾ ਜੀ ਜਿਹੜੇ ਤੁਸੀਂ ਨਾਂ ਲਏ ਨੇ ਹਾਂਜੀ ਉਹ ਵਿਊਰਸ ਨੂੰ ਨਹੀਂ ਪਤਾ ਲੱਗਦਾ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ ਕਿਹੜੇ ਸਾਡੇ ਭੈਣ ਭਰਾ ਇੱਥੇ ਬੈਠੇ ਹਨ ਜਿਹੜੇ ਦੇ ਆਰ ਸੋ ਇਮੋਸ਼ਨਲੀ ਐਂਡ ਦੇ ਆਰ ਜਸਟ ਕਮਿਟਡ ਇਸ ਕੌਜ਼ ਦੇ ਉੱਤੇ। ਪਰ ਉਸ ਤੋਂ ਇਲਾਵਾ ਹੋਰ ਵਾਲੰਟੀਅਰ ਬੇਸ ਕਾਫੀ ਹੈ ਜਿਹੜੀ ਕਿ ਯੂ ਨੋ ਟਾਈਮ ਟੂ ਟਾਈਮ ਮਾਨਿਟਰੀ ਹੈਲਪ ਵੀ ਕਰਦੇ ਰਹਿੰਦੇ ਆ ਜਦੋਂ ਵੀ ਪ੍ਰੋਜੈਕਟ ਚੱਲਦੇ ਨੇ। ਐਂਡ ਦੇਰ ਇਜ਼ ਅ ਲੋਟ ਆਫ, ਜ਼ਰੂਰੀ ਨਹੀਂ ਹੈ ਕਿ ਕਿਸੇ ਵਾਲੰਟੀਅਰ ਨੂੰ ਫੀਲਡ 'ਚ ਆ ਕੇ ਟਰੈਵਲ ਕਰਕੇ ਕੰਮ ਕਰਨਾ ਪੈਣਾ। And they can be, you know, helping out any possible way. Ajkal the technology na kitho vi help kiti ja sakdi, office back end help kiti ja sakdi hai, administration work is help kiti ja sakdi, monetary help kiti ja sakdi hai. So there's a lot of people who do this. It's a, this organization is totally volunteer based, right? And there's a lot of credit goes to volunteers in the back. Tusi ere tin thamme ne ji, legal aid, Paji, you handle that, right? Ji, I work on that. ਇੱਕ ਪਿੱਛੇ ਜਿਹੇ ਇੰਸੀਡੈਂਟ ਹੋਇਆ ਗਿਆਨ ਜੀ ਦੇ ਬੇਟੇ ਵਾਲਾ, ਹਾਂਜੀ, ਜਿੱਥੇ ਤੁਹਾਡੀ ਲੀਗਲ ਏਡ ਦੀ ਹੈਲਪ ਦੀ ਲੋੜ ਪੈਂਦੀ ਹੈ ਐਸੇ ਕੇਸਾਂ ਦੇ ਵਿੱਚ। ਹਾਂਜੀ ਹਾਂਜੀ। ਪਰ ਉਹ ਜਾਣ ਤੋਂ ਉਸ ਗੱਲ ਕਰਨ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ। ਇੱਕ ਇੰਸੀਡੈਂਟ ਹੋਇਆ ਸਾਡੇ ਬੱਚੇ ਦੇ ਨਾਲ, ਔਰ ਐਸੇ ਬਹੁਤ ਸਾਰੇ ਇੰਸੀਡੈਂਟ ਨੇ ਜਿਹੜੇ ਹੁੰਦੇ ਨੇ ਅਖਬਾਰਾਂ ਅਤੇ ਟੀ ਵੀ 'ਤੇ ਨਹੀਂ ਆਉਂਦੇ ਔਰ ਬੜੇ ਇੰਪੋਰਟੈਂਟ ਨੇ ਸਾਡੇ ਲਈ, ਸਾਡੀ ਆਈਡੈਂਟੀ ਲਈ ਇਸ ਕੰਟਰੀ ਔਰ ਦੂਸਰੀਆਂ ਕੰਟਰੀਆਂ ਦੇ ਵਿੱਚ। ਸੋ ਉਸ ਬਾਰੇ ਗੱਲਬਾਤ ਕਰਦੇ ਹਾਂ। Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. ਬ੍ਰੇਕ ਤੋਂ ਬਾਅਦ ਸਵਾਗਤ ਤੁਹਾਡਾ ਸਾਰਿਆਂ ਦਾ, ਔਰ ਗੱਲ ਚੱਲ ਰਹੀ ਸਰਦਾਰ ਹਰਦਿਆਲ ਸਿੰਘ ਹੋਣਾ ਨਾਲ, ਜੋ ਲੀਗਲ ਏਡ ਵਾਲਾ ਕੰਮ ਯੂਨਾਈਟਿਡ ਸਿੱਖਸ ਲਈ ਸੰਭਾਲਦੇ ਨੇ। ਇੰਸੀਡੈਂਟ ਇੱਕ ਹੋਇਆ ਸਾਡੇ ਬੱਚੇ ਦੇ ਨਾਲ, ਔਰ ਇਹ ਤੁਹਾਡੇ ਨਾਲ ਸ਼ੇਅਰ ਕਰਨੇ। ਹਾਂਜੀ, ਇਹ ਇੰਸੀਡੈਂਟ ਜੀ ਹੋਇਆ ਰੀਸੈਂਟਲੀ ਹੋਇਆ ਆਪਣਾ, ਉਹਦੇ ਵਿੱਚ ਸ਼ਿਕਾਗੋ ਤੋਂ ਗਿਆਨੀ ਜੀ ਜਿਹੜੇ ਹੈਗੇ ਨੇ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਲੜਕਾ ਇਹਨੇ ਆ, ਉਹਨਾਂ ਦਾ ਨਾਂ ਹੈਗਾ ਗੁਰਜੀਤ ਸਿੰਘ, ਹਰਜੀਤ ਸਿੰਘ ਸੋਰੀ, ਔਰ ਉਹਨਾਂ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਊਬਰ ਡਰਾਈਵ ਕਰਦੇ ਨੇ, ਅਤੇ ਸੰਬੜੀ ਹੂ ਆਰ ਸਿਟਿੰਗ ਇਨ ਐਂਡ ਐਜ਼ ਅ ਪੈਸੰਜਰ, ਉਹਨੇ ਉਹਨਾਂ ਦੇ ਸਿਰ 'ਤੇ ਗਨ ਰੱਖ ਕੇ ਕਿਹਾ ਕਿ ਬਈ ਆਈ ਡੋਂਟ ਲਾਈਕ ਪੀਪਲ ਹੂ ਵੇਅਰ ਟਰਬਨਸ, ਐਂਡ ਯੂ ਨੋ ਉਹਨੇ ਉਹਨੂੰ ਧਮਕਾਇਆ, ਕਿਹਾ ਕਿ ਬਈ ਸ਼ੁੱਡ ਗੋ ਬੈਕ ਟੂ ਯੋਰ ਕੰਟਰੀ, ਔਰ ਯੂ ਨੋ ਬਟ ਲੱਕੀਲੀ ਹੀ ਵਾਸ ਐਟ ਅ ਸਪੋਟ ਵੇਅਰ, ਜਿਹਨੇ ਉਹਨਾਂ ਨੇ ਗੱਡੀ ਪਾਰਕ ਕਰਕੇ, ਔਰ ਇੱਕ ਹੋਰ ਪੈਸੰਜਰ ਸੀ ਉਹਨਾਂ ਨਾਲ, ਉਹ ਪੈਸੰਜਰ ਨੇ ਮਿਲ ਕੇ ਫਿਰ ਉਹਨਾਂ ਨੂੰ ਬੰਦੇ ਨੇ ਕਿਹਾ ਥੱਲੇ ਨਿਕਲ, ਥੱਲੇ ਉਤਰ ਜਾ, ਅਤੇ ਉਹ ਸਮਹਾਉ ਕੀੜਾ ਪਾਣਾ ਵਰਤਿਆ ਜਿਹਦੇ ਕਾਰਨ ਮਤਲਬ ਉਹ ਬੰਦਾ ਉਤਰ ਕੇ ਥੱਲੇ ਸਾਈਡ 'ਤੇ ਖੜਾ ਹੋ ਗਿਆ, ਐਂਡ ਦੈਨ ਉਹਨੇ ਜਿਹੜਾ ਪੈਸੰਜਰ ਸੀ ਉਹਨੇ ਕਿਹਾ ਵੀ ਤੂੰ ਗੱਡੀ ਭਜਾ, ਅਤੇ ਗੱਡੀ ਜਿਹੜੀ ਹੈ ਉਹ ਪੈਸੰਜਰ ਦੇ ਘਰ ਲੈ ਗਏ, ਅਤੇ ਫਿਰ ਉਹਨੇ ਐਕਚੁਅਲੀ ਐਕਸਟਰਾ ਪੈਸੇ ਦੇ ਕੇ ਉਹਨਾਂ ਨੂੰ ਕਿਹਾ ਕਿ ਵੀ ਤੁਸੀਂ ਉਹ ਰੂਟ ਨਾ ਲਿਓ, ਤੁਸੀਂ ਇੱਕ ਹੋਰ ਰੂਟ ਲਏ ਹੋਏ। ਸੋ ਅਸੀਂ ਇਨਫੋਰਮੇਸ਼ਨ ਜਿਸ ਲਈ ਸਾਨੂੰ ਪਤਾ ਲੱਗੀ, ਅਸੀਂ ਡਿਪਾਰਟਮੈਂਟ ਆਫ ਜਸਟਿਸ ਨੂੰ ਕੰਟੈਕਟ ਕੀਤਾ, ਉਹਨਾਂ ਨੂੰ ਈਮੇਲ ਪਾਇਆ, ਉਹਨਾਂ ਨੂੰ ਇਮੀਜੀਏਟਲੀ ਦੱਸਿਆ ਕਿ ਵੀ ਇੰਸੀਡੈਂਟ ਇੱਦਾਂ ਹੋਇਆ, ਔਰ ਇਸ ਕਿਸਮ ਦੇ ਇੰਸੀਡੈਂਟਸ ਬਹੁਤ ਹੋ ਰਹੇ ਨੇ ਅੱਜ ਕੱਲ੍ਹ, ਔਰ ਵੀ ਆਰ ਵੈਰੀ ਕੰਸਰਨਡ ਕਿ ਬਈ ਇਨ ਦਾ ਪਾਸਟ 7 to 8 months ਜਿਹੜਾ ਸਾਡੇ ਕੋਲ ਡੇਟਾਬੇਸ ਹੈਗਾ, ਸਾਡੇ ਕੋਲ ਜਿਹੜੇ ਇਸ ਕਿਸਮ ਦੇ ਇੰਸੀਡੈਂਟਸ ਨੇ ਸਿਆਟਲ ਵਿੱਚ, ਨਿਊਯਾਰਕ ਵਿੱਚ, ਨਿਊ ਜਰਸੀ ਵਿੱਚ, ਡਾਲਸ, ਹਿਊਸਟਨ ਵਿੱਚ, ਬਹੁਤ ਫਲੋਰੀਡਾ ਇਨ ਪਰਟੀਕੁਲਰਲੀ ਕਾਫੀ ਸਾਰੇ ਕੇਸ ਸਾਡੇ ਕੋਲ ਸਾਹਮਣੇ ਆਏ ਹੋਏ ਨੇ, ਜਿਹਦੇ ਕਾਰਨ ਇਹ ਚੀਜ਼ਾਂ ਵੱਧ ਰਹੀਆਂ ਨੇ, ਅਸੀਂ ਨੋਟ ਕਰ ਰਹੇ ਹਾਂ, ਔਰ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਵੀ ਜੇ ਤੁਹਾਡੇ ਕੋਲ ਇੱਦਾਂ ਦਾ ਕੋਈ ਇੰਸੀਡੈਂਟ ਹੁੰਦਾ, ਪਲੀਜ਼ ਕਾਲ ਅਸ, ਆਰ ਨੰਬਰ ਇਜ਼ 1-888-243-1690, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੁਸੀਂ ਸਾਨੂੰ ਕੇਸ ਸਾਡੇ ਕੋਲ ਲੈ ਕੇ ਆ ਸਕਦੇ ਹੋ, ਸਾਨੂੰ ਈਮੇਲ ਲਿਖ ਸਕਦੇ ਹੋ, ਐਂਡ ਅੰਟਿਲ ਅਨਲੈਸ ਯੂ ਡੋਂਟ ਸਪੀਕ ਅਪ ਵੀ ਵਿਲ ਨੋਟ ਬੀ ਏਬਲ ਟੂ ਅਸਿਸਟ ਯੂ। ਰਾਈਟ, ਸੋ ਵੀ ਆਰ ਆਲਵੇਜ਼ ਦੇਅਰ ਫੋਰ ਯੂ, ਦਿਸ ਦ ਲੀਗਲ ਆਰਮ ਇਜ਼ ਦੇਅਰ ਫੋਰ ਯੂ, ਜਿਸ ਤਰ੍ਹਾਂ ਪੈਸੇ ਨੂੰ ਮੀਰੀ ਪੀਰੀ ਦੀ ਗੱਲ ਕੀਤੀ ਹੈ, ਦਿਸ ਇਜ਼ ਦੀ ਆਰਮ ਵੇਅਰ ਵੀ ਆਰ ਡੀਲਿੰਗ ਵਿਦ ਮੀਰੀ ਓਵਰ ਹੀਅਰ, ਸੋ ਪਲੀਜ਼ ਕਾਲ ਅਸ ਐਂਡ ਵੀ ਵਿਲ ਅਸਿਸਟ ਯੂ ਇਨ ਦੀ ਐਫਰਟਸ। ਆਈ ਵੁੱਡ ਲਾਈਕ ਟੂ ਐਡ ਟੂ ਦੈਟ, ਇੰਸੀਡੈਂਟਸ ਇੱਦਾਂ ਦੇ ਹੁੰਦੇ ਨੇ, ਡੂ ਨਾਟ ਬੀ ਸਕੇਅਰਡ ਟੂ ਕਾਲ ਦ ਪੁਲਿਸ, ਫਸਟ ਥਿੰਗ ਇਜ਼ 911, it just takes 3 numbers to dial, that's the first approach we must take, do not be scared, law enforcement is here to protect us, to help us. Aur add karna chahunga ki law enforcement ko contact karke tusi definitely sanu reach out karo, kyunki ye gal bilkul sahi hai, there are many aur sanu koi chijak nahi gal kehnde hoye ke many a times jehdiyan state officials hage ne
ਉਹ ਇੰਨੀ ਜੋ ਇਸ਼ੂ ਹੈਗਾ ਉਹਨੂੰ ਪ੍ਰੋਪਰਲੀ ਵੈਰੀਫਾਈ ਕਰਨ ਵਿੱਚ ਇੰਨੀ ਜ਼ਿਆਦਾ ਐਫਰਟਸ ਨੇ ਕਈ ਵਾਰ ਨਹੀਂ ਪਾਉਂਦੇ ਔਰ ਕਿਉਂਕਿ ਸਾਨੂੰ ਪਤਾ ਸਾਡੇ ਐਕਸਪੀਰੀਅੰਸ ਮੁਤਾਬਿਕ ਜਿਹੜਾ ਇੰਸੀਡੈਂਟ ਹੁੰਦਾ ਹੈ ਵੀ ਹੈਵ ਅ ਲੋਟ ਆਫ ਟਫ ਟਾਈਮ ਇਨ ਕਨਵਿੰਸਿੰਗ ਦ ਸਟੇਟ ਔਰ ਦ ਸਟੇਟ ਟੂ ਐਕਚੁਲੀ ਐਕਸੈਪਟ ਕਿ ਬਈ ਇਹ ਹੇਟ ਕ੍ਰਾਈਮ ਹੈ ਜਾਂ ਨਹੀਂ ਹੈ ਜਦ ਤੱਕ ਅਸੀਂ ਫੈਡਰਲ ਏਜੰਸੀਜ਼ ਇਨਵੋਲਵ ਨਹੀਂ ਕਰਦੇ ਤਦ ਤੱਕ ਉਹਨਾਂ ਦੇ ਐਫਰਟਸ ਅਸੀਂ ਦੇਖੇ ਹੈ ਕਿ ਬਈ ਉਹ ਦੇ ਆਰ ਲੂਕਵਾਰਮ ਯੂ ਨੋ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪ੍ਰੋਪਰ ਤਰੀਕੇ ਨਾਲ ਜੇ ਇੰਸੀਡੈਂਟਸ ਨੂੰ ਅੱਗੇ ਲੈ ਕੇ ਜਾਇਆ ਜਾਏ ਤਾਂ ਜ਼ਰੂਰ ਤੁਸੀਂ ਡੈਫੀਨੇਟਲੀ 911 ਕਾਲ ਕਰੋ ਬਟ ਸਾਨੂੰ ਵੀ ਕਾਲ ਕਰਨ ਜ਼ਰੂਰ ਕਰੋ ਭੁੱਲਿਓ ਨਾ ਬਿਲਕੁਲ ਮੇਕ ਸ਼ੋਰ ਯੂ ਕਾਲ ਸੋ ਵੀ ਕੈਨ ਡਰਾਈਵ ਦ ਕੇਸ ਟੂ ਇਟਸ ਯੂ ਕੈਨ ਪਰਸੂ ਇਟ ਫਰਦਰ ਉਹਨਾਂ ਦੀ ਜ਼ਿੰਮੇਵਾਰੀ ਉੱਥੋਂ ਸਮਝ ਲਓ ਖਤਮ ਤੁਹਾਡੀ ਜ਼ਿੰਮੇਵਾਰੀ ਸ਼ੁਰੂ ਹੋ ਗਈ ਇਸੇ ਕਰਕੇ ਇਸ ਟੀ ਵੀ ਦਾ ਨਾਮ ਮਾਈ ਟੀ ਵੀ ਰੱਖਿਆ ਕਿਉਂਕਿ ਤੁਹਾਡਾ ਆਪਣਾ ਟੀ ਵੀ ਹੈ ਮਾਈ ਟੀ ਵੀ ਇਜ਼ ਯੂਅਰ ਟੀ ਵੀ ਦੈਟ ਇਜ਼ ਵਾਈ ਵੀ ਸ਼ੇਅਰ ਸੱਚ ਇੰਸੀਡੈਂਸਿਸ ਵਿਦ ਯੂ ਜੋ ਖਬਰਾਂ ਕੋਈ ਨਹੀਂ ਕਵਰ ਕਰਦਾ ਅਸੀਂ ਚਾਹੁੰਦੇ ਹਾਂ ਕਿ ਖਬਰਾਂ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਤੁਸੀਂ ਗਨ ਦੀ ਗੱਲ ਕੀਤੀ ਹੈ ਵਾਟ ਅ ਸੈਡ ਇੰਸੀਡੈਂਟ ਫਲੋਰੀਡਾ ਸਟੇਟ ਦੇ ਵਿੱਚ ਇੱਕ ਸਕੂਲ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬੱਚੇ ਉੱਠਦੇ ਨੇ ਇੱਕ ਡੇਲੀ ਰੂਟੀਨ ਚਾਈ ਚਾਈ ਸਕੂਲ ਜਾ ਰਹੇ ਨੇ ਜਾਂ ਦੁਖੀ ਜਾ ਰਹੇ ਨੇ ਵੀ ਅੱਜ ਪੜ੍ਹਨਾ ਪੈਣਾ ਬਟ ਦੇ ਆਰ ਇਨ ਟੂ ਦੇ ਡੇਲੀ ਰੂਟੀਨ ਇੱਕ ਬੱਚਾ ਉੱਠਦਾ ਜਾ ਕੇ ਗਨ ਖਰੀਦ ਕੇ ਹੀ ਟੇਕਸ 17 ਲਾਈਵਸ 14 ਵੂਂਡਡ ਸਭ ਤੋਂ ਪਹਿਲਾਂ ਅਸੀਂ ਸਾਰੇ ਔਰ ਮਾਈ ਟੀ ਵੀ ਦੀ ਪੂਰੀ ਟੀਮ ਵੀ ਲਾਈਕ ਟੂ ਕਨਵੇ ਔਰ ਕੰਡੋਲਿਸਿਸ ਐਂਡ ਸਿੰਪਥੀ ਟੂ ਦੀ ਵਿਕਟਮਸ ਐਂਡ ਦ ਫੈਮਲੀਸ ਵੀ ਪ੍ਰੇ ਟੂ ਗਾਡ ਫੋਰ ਦ ਸਪੀਡੀ ਰਿਕਵਰੀ ਔਰ ਪਰਮਾਤਮਾ ਹਿੰਮਤ ਬਖਸ਼ੇ ਇਹਨਾਂ ਸਾਰਿਆਂ ਨੂੰ ਕਿ ਇਸ ਸਦਮੇ 'ਚੋਂ ਜਲਦੀ ਤੋਂ ਜਲਦੀ ਬਾਹਰ ਨਿਕਲ ਕੇ ਜ਼ਿੰਦਗੀ ਨੂੰ ਅੱਗੇ ਤੁਰ ਸਕੀਏ ਭਾਅ ਜੀ ਕਾਲ ਕਾਲ ਲੈ ਲਈ ਆਪਾਂ ਇੱਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਲਾਈਵ ਹੋ ਡੀ ਸੀ ਨੈਕ ਵਿਦ ਪਾਲ ਬਾਟ ਔਰ ਮੈਂ ਪਾਲ ਬਾਟ ਬੋਲ ਰਿਹਾ ਕੌਣ ਬੋਲ ਰਿਹਾ ਜੀ Hello, this is Sadhgi from Washington, D.C. Hi, Sadhgi. Welcome to D.C. Night with Paul Bhatt. What's on your mind? I was watching your show, and I wanted to talk about the shooting in Florida. So far, if you haven't known, it's what, the 15th of February today, and the United States has already had 18 school shootings. We're not counting other shootings like at the church in Texas or anything else. School shootings that have taken the lives of children, and so far our government has done nothing about it. All we get are prayers and condolences. Congress isn't taking a stand. Students from the Florida high school are begging Congress to take a stand, and we haven't gotten any response from them yet. And from great philosophers, American philosophers, Henry David Thoreau, it is the job of the people to make sure that the government is in check. And right now, the government isn't doing anything about it. And whenever the government doesn't do anything, it is the people's job to A, put the government back in check, and B, to do the right thing. So my question is, what can we do? Because so many people have approached the executive branch, so many people have approached the legislature. What can we, the people, do that would help prevent these incidences happening in the future? Well, let's have one of these experts answer your question. Sadhgi, are you a student? Yes, I'm a student in high school. What year are you in? I'm a senior. You're a senior. I'm in 12th grade. So you can relate to the tragedy that happened there. Paji, would you like to answer a question, please? Sadhgi, this is a great question that you have brought up, you know. And in fact, tusi bilkul theek gal kahi hai ki is saal hale shuru nahi hoya 2018 aur more than 18 incidents ho chuke ne in schools itself and which is quite shocking. Tusi evi you must have read today that in the news that one white supremacist group has claimed that the boy who did this is a part of their group. So is it a rise of white nationalism? This is actually leading towards more white supremacist gangs and groups working together and attracting more youngsters, you know, online. And So we are working with a number of NGOs such as Anti-Defamation League, the NAACP, ACLU, and we're going to petition the government. We're going to ask, you know, students like you and others to actually sign that petition and send it to their congressmen to make sure that they take more stringent action and put in resources to identify jis is kisam de chat groups jehde hege ne jithe eh jiyan gallan hundiyan ne jithe eh jiyan log identify
ਕੀਤੇ ਜਾ ਸਕਦੇ ਨੇ ਔਰ ਦੀ ਐਫ ਬੀ ਆਈ ਮੈਨੀ ਆ ਟਾਈਮਸ ਇੰਸੀਡੈਂਟ ਹੋਣ ਤੋਂ ਪਹਿਲੇ ਜਿਸ ਵੇਲੇ ਬਾਅਦ ਵਿੱਚ ਉਹ ਆਈਡੈਂਟੀਫਾਈ ਕਰਦੇ ਨੇ ਉਹਨਾਂ ਦੇ ਨਾਲ ਡੇਟਾਬੇਸ ਵਿੱਚ ਇਹੋ ਜਿਹੀ ਕੋਈ ਨਾ ਕੋਈ ਐਕਟੀਵਿਟੀ ਉਹਨਾਂ ਦੇ ਨੋਟਿਸ ਵਿੱਚ ਆਈ ਹੁੰਦੀ ਹੈ ਬਟ ਦੇ ਆਰ ਨੋਟ ਏਬਲ ਟੂ ਟੇਕ ਐਨੀ ਐਕਸ਼ਨ ਸੋ ਦ ਗਵਰਨਮੈਂਟ ਹੈਜ਼ ਟੂ ਮੇਕ ਸਮ ਸਟ੍ਰਿੰਜੈਂਟ ਲਾਜ਼ ਵੇਅਰ ਦੇ ਕੈਨ ਪੁੱਟ ਸੱਚ ਪੀਪਲ ਬਿਹਾਈਂਡ ਬਾਰਸ ਮੇਕ ਦੀ ਸੋ ਦੈਟ ਦੀਸ ਇੰਸੀਡੈਂਟ ਡੋਂਟ ਟੇਕ ਪਲੇਸ ਆਈ ਮੀਨ ਡੈਫੀਨੇਟਲੀ ਵੀ ਆਰ ਆਲਸੋ ਵੈਰੀ ਕੰਸਰਨਡ ਅਬਾਊਟ ਸਿਕਿਉਰਿਟੀ ਯੂ ਨੋ ਐਂਡ ਐਜ਼ ਵੀ ਮੋਨੀਟਰ ਐਕਸਟਰਨਲ ਥ੍ਰੈਟਸ ਜਿਹੜੀਆਂ ਇੰਟਰਨਲ ਥ੍ਰੈਟਸ ਜਿਹੜੀਆਂ ਵੱਧ ਰਹੀਆਂ ਨੇ those need to be accounted all for with the same strictness as we are doing for the outsiders, you know, because ultimately, you know, it is we, all of us are paying the price for that. So definitely, you know, this is a great question and I'm glad you're very alert and you brought this thing I out. Also have another question. So if you haven't noticed from the beginning of late 1990s all the way to now, we are getting more and more, our like political values are getting less moderate and more to the extremes, where people don't call themselves moderate anymore. They call themselves either left or right, and they're 100% left or they're 100% right. Very little are in the moderate, and our Congress shows that with the laws that are trying to be passed and the laws that aren't being passed. And these little games between Democrats and Republicans where it's like, oh, I'm not going to pass this law because a Republican wants this law. Does that make sense? So with this like highly, these like rivalry between these two parties, if you've seen, the people are seeing the divide in government. And now the people are dividing themselves. Right. Like how the government has. Right. And if you've noticed, there's a correlation to the more divisions we have within our government, the more shootings are happening, because it's almost like a political vacuum where all these crimes are being committed, and almost like these, as you were saying, these white nationalists, they see this as an opportunity where laws aren't going to be easily passed because of the either the Democrats or the Republicans, just for their political reasons, won't allow them to pass. And white nationalists see this as an opportunity to forward their agenda. If you've noticed, most of these shootings happen in the name of white supremacy, like white supremacists. Does that make sense? Yes, absolutely. You know, you guys are the media, and you guys are the public. So what are ways that we can all break this division and become united again? Because I believe that once we become a united nation, our name is United States of America. Right. Once we become unified, that these problems will automatically start to go away. So what are some solutions to help this nation to become a unified nation again? Right. I mean, first of all, I think you have really analyzed it very well, and we have seen this trend ongoing. And because of the status quo between the two sides, you know, nobody's letting the other person to take a decision and take a step forward, you know. So I think bahut important gal eh hai ki jehde ta stringent laws jehde ground wale ne ode waste petitioning assi kariye definitely. The other thing is that, you know, we need to also come out and vote. You know, surprisingly, I mean, within our minority groups jehde sade hege ne, the number of people who actually come out and vote and select the leaders, the good thing is now we're identifying everyone who's playing what kind of role. So these are the lessons that we should not forget. So of course, there's still time for the elections to come, but we need to be very clear that this time, you know, what direction we are going to take, you know. Jis tarah Sikh caucus hai gaya ya hor jehdiyan policy makers na kaam karde ne assi vi karde ha unhan naal, we got to make sure that when you invite them to the gurdwaras, you know, we put our agenda forward. What is the our agenda from the community perspective, you know, so that they can tell us clearly in clear words that we will support you in these things, you know. So both at the state level and at the level of the Senate, you know, where we need to get these things, they need to hear those from us. So therefore, youths like yourself, you know, you have to make sure that if you're going to a Gurdwara, talk to your team, the management over there, you know, work with us. We'll assist you in getting the dialogue forward, you know, create a more youth groups awareness amongst them. Within your town, attend your multi-faith events where you can go and talk about the Sikh faith, one of the best ways is also by lead by example. If you can conduct homeless feedings, you know, in your area, you know, go to those areas with their team of people, with volunteers. We can give you some volunteers to do work where, like, it's winter time, if you want to give some blankets out. When they see you in action,
even the people who are on the borderline of walking into a supremacist group or anything like that, but when they see you in action, you give them an opportunity to think twice as to, no, this person, I've seen them really work on the ground, you know, in the field, helping people mm-hmm. out. So it has a bigger impact. There's no immediate solution for this, you know, because people have already voted. We already have a government that's not functional, it's not working. Yes. So, you know, like today when we met FEMA, even many of the people acknowledged the facts that are happening right now. Now is the time for us to team up and put these points forward to the congressmen and make sure that if they are going to make some policies that are going to promote these things, we should make sure that we stop those by, you know, putting petitions out and not voting for them at the state level or in the other elections that are coming down the road, you know. 2018 the end of the election are you? Haan ji, yeah, yeah. So exactly. You know, things can change in 2018 yeah. if we start yes. playing our role. Right. But Sadhgi, I wish every caller was like you, my dear. It's been an honor having you on the show. I Thank hope you. To hear from you again. Please go to you. The website and, you know, we would be glad if you and your volunteer friends can work with us, you know, in this region. And I think you have amazing ideas and thoughts and we'd love to work with you. Thank you, Sadhgi. Of course. Thank Good you, friend. Paji, bachche saada jehde paneeri hai itthe di. Is bachche ne eh show karta hai ke they're ready. Yeah. They're ready for any task, any challenge that comes their exactly. way. Yeah. Sirf unhan nu ek direction dehen di lod hai. Exactly. Ek direction dehen di lod hai. Rajeshi. Haan ji. ਤੁਸੀਂ ਮੈਂ ਕਹਿੰਦਾ ਕਿ ਵੱਡੀ ਪਜ਼ਲ ਦੇ ਉਹ ਤੁਸੀਂ ਚਿਪ ਹੋ ਕਿ ਜਿਹਦੇ ਬਿਨਾਂ ਕੰਮ ਨਹੀਂ ਸਰ ਸਕਦਾ ਹੀ ਇਜ਼ ਦ ਮੈਨ ਹੂ ਕੋਆਰਡੀਨੇਟਸ ਦ ਹੋਲ ਆਪਰੇਸ਼ਨ ਆਈ ਐਮ ਗੋਇੰ ਟੂ ਕਾਲ ਹਿਮ ਦ ਅਨਸੰਗ ਹੀਰੋ ਆਫ ਦ ਆਰਗੇਨਾਈਜੇਸ਼ਨ ਔਰ ਦ ਗਰੁੱਪ ਰਾਈਟ ਨਾਓ ਤੁਹਾਡਾ ਜਿਹੜਾ ਰੋਲ ਹੈ ਬਹੁਤ ਇੰਪੋਰਟੈਂਟ ਹੈ ਔਰ ਤੁਸੀਂ ਜਿਹੜਾ ਲੋਜਿਸਟਿਕ 'ਤੇ ਕੰਮ ਕਰਦੇ ਹੋ ਸੋ ਓਬਵੀਅਸਲੀ ਡੂ ਯੂ ਗੋ ਇਨ ਦ ਫੀਲਡ ਜਾਂ ਦਫ਼ਤਰ 'ਚੋਂ ਹੀ ਤੁਹਾਡਾ ਜ਼ਿਆਦਾ ਕੰਮ ਹੁੰਦਾ ਨਹੀਂ ਜੀ ਇਨ ਦਾ ਬਿਗਨਿੰਗ ਯੂ ਨੋ ਬਿਫੋਰ ਇਨ ਹੈਂਡ ਵਰਕ ਜਿਹੜਾ ਹੈਗਾ ਪਹਿਲੇ ਪਲਾਨਿੰਗ ਆਪਰੇਸ਼ਨ ਸਟ੍ਰੈਟਜਾਈਜੇਸ਼ਨ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਹੈਗੀਆਂ ਇਫ ਦਾ ਨੀਡ ਬੀ ਪ੍ਰੋਬਲੀ ਆਈ ਲੈਂਡ ਅਪ ਯੂ ਨੋ ਔਨ ਦਾ ਫੀਲਡ ਆਲਸੋ ਯੂ ਗੋ ਦੇਅਰ ਟੂ ਯਾ ਆਈ ਵੁੱਡ ਲਵ ਟੂ ਪ੍ਰੋਬਲੀ ਯੂ ਨੋ ਲੀਡ ਬਾਈ ਐਨ ਐਗਜ਼ਾਮਪਲ ਆਲਸੋ ਇਫ ਦਾ ਓਪਰਚੁਨਿਟੀ ਅਰਾਈਜ਼ਸ ਆਈ ਐਮ ਦੇਅਰ ਔਨ ਫੀਲਡ ਐਸ ਵੈਲ ਵਾਓ ਸੋ ਸਾਜ ਜਤਿੰਦਰ ਸਿੰਘ ਜੀ ਤੀਸਰਾ ਤੁਹਾਡਾ ਆ ਗਿਆ ਕਮਿਊਨਿਟੀ ਇੰਪਾਵਰਮੈਂਟ ਉਹ ਕੀ ਹੋ ਰਿਹਾ ਮਤਲਬ ਸਾਡੀ ਕਮਿਊਨਿਟੀ ਨੂੰ ਕੀ ਕਹਿੰਦੇ ਡਿਵੈਲਪ ਕਰਨ ਲਈ ਕੀ ਕਰ ਰਹੇ ਹੋ ਤੁਸੀਂ ਇਟਸ ਅ ਵੈਰੀ ਬਿਗ ਫੀਲਡ ਨੋ ਡਾਊਟ ਸਪੈਸ਼ਲੀ ਫੋਕਸਿੰਗ ਔਨ ਯੂਥ ਕਮਿਊਨਿਟੀ ਇੰਪਾਵਰਮੈਂਟ ਦੇ ਵਿੱਚ ਵੀ ਹੋਲਡ ਯੂਥ ਕੈਂਪਸ ਵਨ ਆਫ ਦ ਬਿਗ ਪ੍ਰੋਜੈਕਟਸ ਦੈਟ ਲਾਸਟ 2 ਇਅਰਸ ਵੀ ਸਪੈਂਡ ਲਾਟ ਆਫ ਟਾਈਮ ਵਰਕਿੰਗ ਵਿਦ ਵਰਕਸ਼ਾਪਸ ਵਿਦ ਯੂਥ ਚਿਲਡਰਨ ਇਨ ਆਲ ਸਿੱਖ ਸਕੂਲਸ ਗੁਰਦੁਆਰੇ ਜਿਹੜੇ ਖਾਲਸਾ ਸਕੂਲਸ ਹੁੰਦੇ ਨੇ we traveled a lot and about anti-bullying campaign. Bullying is a big issue. Asanu lagda ki bullying sirf racial hai ya bullying is a problem in every community. Within the community there is bullying that's happening because maybe how you look or maybe where you come from and there are many different factors. Exactly. You cannot deny it. You cannot deny it. The only way to fight these kind of problems is education. That's the only solution that's out there. ਫਸਟ ਐਸਪੈਕਟ ਹੈਗਾ ਪਹਿਲਾਂ ਤਾਂ ਪ੍ਰੋਬਲਮ ਨੂੰ ਐਕਸੈਪਟ ਕਰਨਾ ਕਿ ਹੈਗੀ ਹੈ ਰਾਈਟ ਉਹਨੂੰ ਰੈਕੋਗਨਾਈਜ਼ ਕਰਨਾ ਫਿਰ ਉਹਦਾ ਸਲੂਸ਼ਨ ਕਰਨਾ ਐਂਡ ਸਲੂਸ਼ਨ ਇਜ਼ ਐਜੂਕੇਸ਼ਨ ਦੈਟਸ ਵਟ ਇਟ ਇਜ਼ ਈਵਨ ਜਿਹੜੀ ਪ੍ਰੋਬਲਮ ਜਿਹੜੀ ਕਾਲ ਆਈ ਹੈ ਉਹਦਾ ਵੀ ਬਿਗੈਸਟ ਸਲੂਸ਼ਨ ਆ ਜਿਹੜੇ ਯੂਥ ਨੇ ਦੇ ਔਨ ਦਾ ਬੋਰਡਰ ਆਫ ਗੋਇੰਗ ਔਨ ਅ ਡਿਫਰੈਂਟ ਡਾਇਰੈਕਸ਼ਨ ਐਜੂਕੇਸ਼ਨ ਇਟਸ ਅ ਕਨੈਕਸ਼ਨ ਦੈਟ ਹੈਜ਼ ਟੂ ਬੀ ਮੇਡ ਦੇਰ ਇਜ਼ ਅ ਲਾਟ ਆਫ ਆਈਸੋਲੇਸ਼ਨ ਇਨ ਅਮੈਰੀਕਨ ਸੋਸਾਇਟੀ people don't have time for anybody kai vari no family life ha kai vari ki hunda na short terms assi doj keh denne ha we don't even know what doj stands for department yeah. of justice yeah. fir je pata hunda sanu eh nahi pata vi hun how to approach them hun yeah. assi dc ch turde firde re sanu pata kehdi building kithe hai te right. unda just to walk in and talk to them tanu yeah. pata hai agar tanu building da pata lag gaya darwaje te tusi pahunch gaye yeah. ਕੋਈ ਨਾ ਕੋਈ ਤਾਂ ਤੁਹਾਡੀ ਵਾਹ ਫੜੇਗਾ ਬਿਲਕੁਲ ਵੀਰ ਜੀ ਇਹਦੇ ਵਾਸਤੇ ਅਸੀਂ ਇੱਕ ਸਿੱਖ ਸਮਿਟ ਕਰਦੇ ਹਾਂ ਜੀ ਆਪਣਾ ਹਰ ਜੂਨ ਵਿੱਚ ਜਿਹਦੇ 'ਚ ਅਸੀਂ ਅਰਾਊਂਡ 15-20 ਬੱਚੇ ਜਿਹੜੇ ਨੈਸ਼ਨਲ ਲੈਵਲ 'ਤੇ ਅਸੀਂ ਸਿਲੈਕਟ ਕਰਦੇ ਹਾਂ ਉਹ ਸਾਨੂੰ ਫੋਰਮ ਫਿਲ ਕਰ ਸਕਦੇ ਨੇ ਦੇ ਕੈਨ ਲੁੱਕ ਵਟ ਇਟਸ ਕਾਲ ਦੀ ਆਹਾ ਅਕੈਡਮੀ ਵੀ ਕਾਲ ਦੈਟ ਵਿਚ ਇਜ਼ ਐਡਵੋਕੇਸੀ ਹਿਊਮੈਨੀਟੇਰੀਅਨ ਏਡ ਅਸਿਸਟੈਂਸ ਪ੍ਰੋਗਰਾਮ ਜਿਹੜਾ ਹੈਗਾ ਇਟਸ ਐਨ ਅਕੈਡਮੀ ਦੈਟ ਵੀ ਰਨ ਉਹਦੇ ਵਿੱਚ ਬੱਚੇ ਜਿਹੜੇ ਯੰਗਸਟਰਸ ਜਿਹੜੇ ਦੇਖ ਰਹੇ ਨੇ ਦੇ ਕੈਨ ਅਪਲਾਈ ਐਂਡ ਦੇ ਕੈਨ ਵੀ ਐਕਚੁਲੀ ਮੇਕ ਦੈਮ ਵਾਕ ਦ ਹਾਲਸ
We make them address issues that impact the Sikh community in the United States at the national level. This is a census issue, hai gaya, hate crime, hai gaya, issues bullying. Hai gaya ne. Jis tarah sawal puchha gaya ji sade kon ki kar sakde ha asi ode vich jehde laws banane ne kis tarah bande ne and they lead by example. So our law attorneys draft the policies and work with them and they go together to talk to the congressman in national level te awareness chal rahi hai. Haan ji, haan ji, bilkul ji. So eh sade asi eh char academic sessions laga chuke hain already and we would love to have jehde bacche dekh rahe ne to go to our website and fill up the form and satisfy all the questions that are there on it and then you become a part of this program. And you know. NGOs, the heads, the Red Cross, the ACLU, the ADL, the heads, the agencies, the civil rights, the FBI, the Department of Homeland Security, one of the directors, what are the problems that they see and how the youngster, the youth community can participate in programs that they have built for the youth. Surprisingly, FEMA has a program for the youth, the FBI has a program for the youth, the Department of Education has a program for the youth. There's so much information for the youth, unfortunately, it's not available in the community. So you know, if you get a chance to come back again on my TV, we will actually just like to focus on these programs. Please, anytime. So that they can be more empowered to know what's going on. ਅਸੀਂ ਸ਼ੁਰੂ ਇਸੇ ਕਰਕੇ ਕੀਤਾ ਵੀ ਵੀ ਵਾਂਟ ਟੂ ਰੀਚ ਐਂਡ ਐਜੂਕੇਟ ਔਰ ਕਮਿਊਨਿਟੀ ਕਿ ਸਾਡੇ ਕੋਲ ਕਿੰਨੇ ਕਿੰਨੇ ਪ੍ਰੋਗਰਾਮਸ ਨੇ ਜਿਹਦਾ ਸਾਨੂੰ ਪਤਾ ਨਹੀਂ ਅਸੀਂ ਉਹਦਾ ਬੈਨੀਫਿਟ ਨਹੀਂ ਲੈ ਸਕਦੇ ਪ੍ਰੋਗਰਾਮ ਲੰਮਾ ਹੋ ਰਿਹਾ ਮੈਂ ਮਾਫੀ ਚਾਹੁੰਦਾ ਲੇਕਿਨ ਕਿਉਂਕਿ ਤਿੰਨ ਇੱਥੇ ਸਾਡੇ ਕੋਲ ਬੈਠੇ ਨੇ ਗੈਸਟ ਜਿਹੜੇ ਅਲੱਗ ਅਲੱਗ ਸਿਟੀਆਂ ਤੋਂ ਪਹੁੰਚੇ ਨੇ ਔਰ ਇਹਨਾਂ ਦੇ ਕਈ ਹੋਰ ਨਾਲ ਜਿਹੜੇ ਸੱਜਣ ਮਿੱਤਰ ਆਏ ਸੀਗੇ ਦੇ ਵਰ ਬਿਜ਼ੀ ਆਲ ਡੇ ਟੂਡੇ ਜਿਹੜੇ ਇਹਨਾਂ ਦੇ ਹੋਰ ਕੰਮ ਸੀ ਉਹ ਕਰਦੇ ਰਹੇ ਦੋ ਤਿੰਨ ਨੇ ਫਲਾਈਟਸ ਵੀ ਤੁਹਾਡੀ ਵਾਪਸ ਲੈ ਲਈਆਂ ਨੇ ਸੋ ਉਹਨਾਂ ਨੂੰ ਅਸੀਂ ਨਹੀਂ ਲਿਆ ਸਕੇ ਬਟ ਮਾਈ ਟੀ ਵੀ ਕਮਿਊਨਿਟੀ ਦਾ ਪਲੇਟਫਾਰਮ ਹੈ ਜਦੋਂ ਮਰਜ਼ੀ ਤੁਸੀਂ ਇਸ 'ਤੇ ਆ ਸਕਦੇ ਹੋ ਬਟ ਲਾਸਟ ਕੋਈ ਐਸੀ ਇੰਪੋਰਟੈਂਟ ਚੀਜ਼ ਜਿਹੜੀ ਮੇਰੇ ਤੋਂ ਰਹਿ ਗਈ ਹੋਵੇ ਇਹ ਤੋਂ ਪਹਿਲਾਂ ਕਿ ਮੈਂ ਕਲੋਜ਼ਿੰਗ ਰਿਮਾਰਕਸ ਆਖਾਂ ਕੋਈ ਵਿਚਾਰ ਸਾਂਝੇ ਕਰਾਂ ਲਾਸਟ ਮੈਂ ਸਿਰਫ ਇਹ ਦੱਸਣਾ ਚਾਹਾਂਗਾ ਇਸ ਵੇਲੇ ਕਰੰਟ ਪ੍ਰੋਜੈਕਟ ਬਿਸਾਈਡਸ ਆਲ ਦੀਜ਼ ਅਦਰ ਪ੍ਰੋਜੈਕਟਸ ਐਂਡ ਇਸ਼ੂਜ਼ ਦੈਟ ਵੀ ਕੰਟੀਨਿਊਸਲੀ ਚੱਲਦੇ ਰਹਿੰਦੇ ਸਾਡਾ ਕੰਮ ਰੁਕਦਾ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਡਿਜ਼ਾਸਟਰ ਆਏ ਤਾਂ ਕੰਮ ਹੁੰਦਾ ਠੀਕ ਇਟ ਕੰਟੀਨਿਊਜ਼ ਐਜ਼ ਆਫ ਰਾਈਟ ਨਾਓ ਰੋਹਿੰਗੀਆ ਜਿਹੜਾ ਬੰਗਲਾਦੇਸ਼ ਦਾ ਮਿਸ਼ਨ ਹੈ ਹਾਂਜੀ ਵਿਚ ਇਜ਼ ਗੋਇੰਗ ਔਨ ਫਾਰ ਪਾਸਟ ਫਿਊ ਮੰਥਸ ਇਟਸ ਸਟਿਲ ਗੋਇੰਗ ਔਨ ਬਾਈ ਦਾ ਵੇ ਵੀ ਨੀਡ ਵਾਲੰਟੀਅਰਸ ਵੀ ਨੀਡ ਡੋਨੇਸ਼ਨਸ ਫਾਰ ਦੈਟ ਸੋ ਫਾਰ ਵੀ ਸਰਵਡ ਓਵਰ 1.05 ਮਿਲੀਅਨ ਮੀਲਸ ਓਵਰ ਦੇਅਰ ਇਹਦਾ ਮਤਲਬ ਹੈ ਵੀ ਮੀਡੀਆ ਨੇ ਇੱਕ ਵਾਰੀ ਉਹਦਾ ਜੂਸ ਕੱਢਿਆ ਖਬਰ ਦਾ ਤੇ ਦੇ ਮੂਵਡ ਆਨ ਟੂ ਸਮ ਅਦਰ ਸਟਫ ਪਰ ਜਿਹੜੀ ਰਿਐਲਿਟੀ ਹਲੇ ਉੱਥੇ ਨੀਡਸ ਉੱਥੇ ਦੇਖਣੀਆਂ ਨੇ ਹਾਂਜੀ ਮੋਸਟਲੀ ਉੱਥੇ ਜਿਹੜੇ ਪੀਪਲ ਇਨ ਨੀਡ ਆਰ ਵੂਮਨ ਐਂਡ ਚਿਲਡਰਨ 50,000 ਪਲੱਸ ਵੂਮਨ ਐਂਡ ਚਿਲਡਰਨ ਜਿਹਨਾਂ ਨੂੰ ਅਸੀਂ ਸਪੋਰਟ ਦੇ ਬੈਠੇ ਹਾਂ ਬੇਸਿਕ ਸਪੋਰਟਸ 2,000 ਪੇਸ਼ੈਂਟਸ ਹੈਵ ਬੀਨ ਟ੍ਰੀਟਡ ਆਲਸੋ ਕੋਈ ਵੀ ਮੈਡੀਕਲ ਹੈਲਪ ਨਹੀਂ ਅਵੇਲੇਬਲ ਜੀ ਬਾਰਡਰ ਸੋ ਸਾਰੇ ਕ੍ਰਾਸ ਕੈਨੇਡਾ counseling, education, more than 50 workshops have been held over there. So there's a lot of work that is still happening and going on. And it's mere walon ehi kehna chahunga ke sara kam jehda hega without volunteers and without family support, we cannot do it. And sanu puri support di lod hai. Thank you all for your support and continue to support karde raho. Don't forget to go to unitedsikhs.org, click on volunteer, and if you can click on donation also. Very important factor, very touching and very painful when you talk about these disasters and the needs of the people. Out there it's been an honor having you here. No doubt about it. Thank you very much. You guys are welcome anytime. Whatever my TV can help you in your cause, we're always there. Badiyan sasthava hundiyan ne ji aur apne apne te jehdiyan thaavan te oh sariyan sahi hongiyan lekin united punjab united sikhs jehda ਮੈਨੂੰ ਅੱਜ ਫਖਰ ਹੈ ਇਸ ਚੀਜ਼ ਦਾ ਕਿ ਸਾਡੀ ਕੌਮ ਨੂੰ ਇਸ ਪੱਧਰ ਦੇ ਉੱਤੇ ਵਿਦਆਊਟ ਐਕਸਪੈਕਟਿੰਗ ਐਨੀ ਰੈਕੋਗਨੇਸ਼ਨ ਕੋਈ ਬਿਨਾਂ ਕਿਸੇ ਲਾਲਚ ਤੋਂ ਇਹ ਜਿਹੜਾ ਕਾਰਜ ਨੂੰ ਇਹ ਵੀਰ ਇਹ ਭੈਣਾਂ ਇਹ ਬੱਚੇ ਸਾਡੇ ਇਸ ਨੂੰ ਅੱਗੇ ਵਧਾ ਰਹੇ ਨੇ ਦੋ ਕੁ ਲਾਈਨਾਂ ਜਾਂਦਾ ਮੈਂ ਕਹਿ ਸਕਦਾ ਕਿ ਅਬ ਹਵਾਏ ਕਰੇਗੀ ਫੈਸਲਾ ਅਬ ਹਵਾਏ ਕਰੇਗੀ ਫੈਸਲਾ ਜਿਸ ਦੀਏ ਮੇ ਦਬ ਹੋਗਾ ਉਹੀ ਦੀਆ ਰਹਿ ਜਾਏਗਾ ਜਿਹੜੇ ਜੈਨੂਨਲੀ ਤੁਰੇ ਹੋਏ ਨੇ ਜੀ ਜਿਵੇਂ ਯੂਨਾਈਟਡ ਸਿਕਸ ਨੇ ਅੰਦਰੋਂ ਪੈਸ਼ਨ ਹੈ ਜਿਹਨਾਂ ਦੇ ਵਿੱਚ ਉਹਨਾਂ ਨੇ ਚੱਲਦੇ ਰਹਿਣਾ ਅਤੇ ਸਾਡਾ ਫਰਜ਼ ਹੈ ਕਿ ਉਹਨਾਂ ਦੇ ਇਸ ਕਾਫਲ ਨੂੰ ਹੋਰ ਵੱਡਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ 'ਚ ਕਿਤੇ ਨਾ ਕਿਤੇ ਅਸੀਂ ਇਸ ਸੈਟਿਸਫੈਕਸ਼ਨ ਨੂੰ ਲੈ ਕੇ ਜੀ ਸਕੀਏ ਕਿ ਅਸੀਂ ਵੀ ਯੋਗਦਾਨ ਪਾਇਆ ਯੋਗਦਾਨ ਪਾਉਂਦੇ ਰਹੋ ਪੰਜਾਬੀਓ ਮਾਣ ਹੈ ਮੈਨੂੰ ਤੁਹਾਡੇ 'ਤੇ ਸਾਡੇ ਨਾਲ ਜੁੜੇ ਰਹੋ ਸਾਡੇ ਤਿੰਨਾਂ
ਮੇਰੇ ਗੈਸਟਾਂ ਵੱਲੋਂ ਔਰ ਮੇਰੇ ਵੱਲੋਂ ਮਾਈ ਟੀ ਵੀ ਸਟੂਡੀਓਜ਼ ਤੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਗਲੇ ਪ੍ਰੋਗਰਾਮ ਖੁਦਾ ਆਫਿਸ ਨਮਸਕਾਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ